Satnam, Satnam, Shri Waheguru, Waheguru. ਜਪੋ ਪਿਆਰ ਨਾਲ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੈ ਹਰ ਸੇਵਾ। ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਜੁੜ ਕੇ ਹਰੀ ਜਸ ਗਾਇਨ ਸਰਵਨ ਕਰ ਰਹੇ ਹੋ, ਆਓ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਅਗਲੀ ਪੌੜੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋ। ਇਸ ਪਾਵਨ ਪੌੜੀ ਵਿੱਚ ਗੁਰਦੇਵ ਉਹ ਅਵਸਥਾ ਬਿਆਨ ਕਰ ਰਹੇ ਹਨ ਜਦੋਂ ਜਿਗਿਆਸੂ ਜੁੜਦਾ ਹੈ
ਆਪਣੇ ਆਪੇ ਦੀ ਪਛਾਣ ਕਰਦਾ ਹੈ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ। ਅਤੇ ਸਭ ਤੋਂ ਪਹਿਲਾਂ ਸਤਸੰਗਤ ਵਿੱਚ ਆ ਕੇ ਭਾਵ ਜਾਗਦੇ ਹਨ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵੱਡੇ ਪਾਗ ਉਹਦੇ ਹੁੰਦੇ ਹਨ, ਵੱਡੇ ਪਾਗ ਬੇਟੇ ਗੁਰਦੇਵਾ, ਵੱਡੇ ਭਾਗਾਂ ਵਾਲਾ ਹੀ ਸਤਸੰਗ ਵਿੱਚ ਆ ਕੇ ਜੁੜ ਸਕਦਾ ਹੈ ਅਤੇ ਜਪ ਸਕਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਬਿਨ ਭਾਗਾਂ ਸਤਸੰਗ ਨਾ ਲੱਭੇ। ਸੰਗਤ ਵਿੱਚ ਜੁੜਿਆ, ਮਨ ਦੇ ਵਿਚਾਰ ਸ਼ੁੱਭ ਪਾਸੇ ਤੁਰੇ, ਮਾੜੇ ਪਾਸਿਓਂ ਬਿਰਤੀ ਹਟੀ, ਅੰਦਰ ਇੱਕ ਸਵਾਲ ਜਾ ਗਿਆ, ਮੈਂ ਕੌਣ ਹਾਂ, ਮੈਂ ਕੀ ਹਾਂ। ਇਹਨੂੰ ਕਹਿੰਦੇ ਹਨ ਸ਼ੁੱਭ ਇੱਛਾ ਸਰੂਪ ਵਿਚਾਰ। ਇਕਾਂਤ ਵਿੱਚ ਬੈਠ ਕੇ ਆਪਣੇ ਬਾਰੇ ਵਿਚਾਰ ਕੀਤੀ ਅਤੇ ਸ਼ੁੱਧ ਸਰੂਪ ਦਾ ਅਨੁਭਵ ਹੋਇਆ ਕਿ ਮੈਂ ਕੌਣ ਹਾਂ। ਉੱਥੇ ਗੁਰਦੇਵ ਦੱਸਦੇ ਹਨ ਕਿ ਪਹਿਲੀ ਅਵਸਥਾ ਹੈ ਧਰਮ ਖੰਡ। ਸਭ ਤੋਂ ਪਹਿਲੇ ਤੂੰ ਆਪਣੇ ਕਰਮ ਦੀ ਵਿਚਾਰ ਕਰਨੀ ਹੈ, ਕਿਉਂਕਿ ਸੱਚੇ ਦੇ ਘਰ ਵਿੱਚ ਤੇਰੇ ਕਰਮ ਨੂੰ ਵਾਚਿਆ ਜਾਣਾ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਦੋਂ ਸੱਚ ਦੀ ਵਿਚਾਰ ਵਿੱਚ ਜੁੜਿਆ, ਆਪਣੇ ਕਰਮ ਨੂੰ ਵਿਚਾਰਿਆ, ਬਿਰਤੀ ਉੱਚੀ ਉੱਠੀ, ਮਾੜੇ ਕਰਮਾਂ ਪਾਸੋਂ ਬਿਰਤੀ ਨੂੰ ਰੋਕਿਆ, ਸ਼ੁਭ ਕਰਮਾਂ ਪਾਸ ਲਗਾਇਆ, ਅੰਦਰ ਗਿਆਨ ਦਾ ਅਨੁਭਵ ਹੋਇਆ, ਆਤਮ ਸਾਰੇ ਦਾ ਅਨੁਭਵ ਹੋਇਆ ਕਿ ਸਾਰੇ ਬ੍ਰਹਿਮੰਡ ਦਾ ਮੈਂ ਇੱਕ ਹਿੱਸਾ ਹਾਂ। ਸੰਕੀਰਨਤਾ ਛੋਟੀ ਸੋਚ ਖਤਮ ਹੋਈ, ਵੱਡੀ ਸੋਚ ਵਿੱਚ ਮਨ ਜੁੜਿਆ ਕਿ ਸਾਰਾ ਬ੍ਰਹਿਮੰਡ ਇੱਕ ਵੱਡਾ ਪਰਿਵਾਰ ਹੈ, ਮੈਂ ਵੀ ਇਸ ਪਰਿਵਾਰ ਦਾ ਇੱਕ ਹਿੱਸਾ ਹਾਂ। ਮੇਰਾ ਪਿਤਾ ਉੱਪਰ ਅਕਾਲ ਪੁਰਖ ਵਾਹਿਗੁਰੂ ਆਪ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਪੂਰਨ ਬ੍ਰਹਿਮੰਡ ਨਾਲ ਇੱਕ ਰਿਸ਼ਤਾ ਪੈਦਾ ਹੋਇਆ, ਇੱਕ ਸਾਂਝ ਬਣੀ। ਪਰ ਹੁਣ ਇਹ ਅਨੁਭਵ ਜਿਹੜਾ ਹੈ ਇਹ ਦ੍ਰਿੜ ਨਹੀਂ ਹੈ, ਅਜੇ ਵੀ ਵਾਰ ਵਾਰ ਸੰਸਾਰ ਵੱਲ ਖਿੱਚ ਪੈਂਦੀ ਹੈ। ਸਮਝ ਆਈ ਕਿ ਨਹੀਂ, ਮੈਂ ਆਪਣੀਆਂ ਬਿਰਤੀਆਂ ਨੂੰ ਸਵਾਰਨਾ ਹੈ, ਆਪਣੇ ਅੰਤਸ਼ਕਰਨ ਨੂੰ ਸਵਾਰਨਾ ਹੈ, ਕੁਝ ਮਿਹਨਤ ਕਰਨੀ ਹੈ, ਕੁਝ ਤਪੱਸਿਆ ਕਰਨੀ ਹੈ, ਆਪਣੇ ਮਨੋਬਿਰਤੀਆਂ 'ਤੇ ਕਾਬੂ ਪਾਉਣਾ ਹੈ, ਆਪਣੀ ਵਿਚਾਰ ਨੂੰ ਬਦਲਣਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਰ। ਆਪਣੀਆਂ ਮਨ ਦੀਆਂ ਘਾੜਤਾਂ ਘੜਨੀਆਂ ਹਨ, ਆਪਣੀ ਬੁੱਧੀ ਨੂੰ ਘੜਨਾ ਹੈ, ਆਪਣੇ ਵਿਚਾਰਧਾਰਾ ਨੂੰ ਬਦਲਣਾ ਹੈ ਅਤੇ ਆਪਣੇ ਹੰਕਾਰ 'ਤੇ ਕਾਬੂ ਪਾਉਣਾ ਹੈ। ਜਦੋਂ ਇਹ ਅਵਸਥਾ ਬਦਲੀ ਤਾਂ ਹੁਣ ਕੀ ਹੈ, ਹੁਣ ਰਹਿਮਤ ਵਿੱਚ ਹੈ, ਹੁਣ ਬਖਸ਼ਿਸ਼ ਦਾ ਖੰਡ ਹੈ। ਜਦੋਂ ਸਾਰੇ ਪਾਸਿਓਂ ਬਿਰਤੀਆਂ ਰੋਕ ਕੇ ਮਨ ਬੁੱਧੀ ਨੂੰ ਉਸ ਵਿੱਚ ਲੀਨ ਕਰ ਲਿਆ, ਕੱਲ੍ਹ ਵੀ ਵਿਚਾਰ ਹੋਈ ਸੀ ਇਹ ਬਿਰਤੀ ਬਾਹਰ ਕਿਵੇਂ ਜਾਂਦੀ ਹੈ, ਇਹ ਵਿਸ਼ੇ ਵਿਕਾਰਾਂ ਵੱਲ ਦੇਖ ਕੇ ਮਨ ਉੱਧਰ ਦੌੜਦਾ ਹੈ, ਬਿਰਤੀ ਬਣਦੀ ਹੈ, ਇਹ ਇੰਦਰੇ ਫਿਰ ਉਹ ਰਸ ਨੂੰ ਭੋਗਣਾ ਚਾਹੁੰਦੇ ਨੇ। ਅਤੇ ਜਦੋਂ ਬਾਹਰਲੀਆਂ ਬਿਰਤੀਆਂ ਨੂੰ ਰੋਕ ਲਿਆ, ਵਿਸ਼ਿਆਂ ਤੋਂ ਮਨ ਨੂੰ ਰੋਕ ਲਿਆ, ਅਤੇ ਵਿਸ਼ੇ ਜੋ ਇੰਦਰੇ ਹਨ ਇਹ ਸ਼ਾਂਤ ਹੋ ਗਏ, ਇਹਨਾਂ ਸੂਖਸ਼ਮ ਇੰਦਰਿਆਂ ਨੂੰ ਮਨ ਵਿੱਚ ਹੁਣ ਲੀਨ ਕਰ ਲਿਆ, ਹੁਣ ਬੁੱਧੀ ਦੀ ਜਿਹੜੀ ਵਿਚਾਰ ਹੈ ਉਸਨੂੰ ਵੀ ਰੋਕ ਲਿਆ, ਮਨ ਵੀ ਬੁੱਧੀ 'ਚ ਲੀਨ ਹੋ ਗਿਆ ਅਤੇ ਸ਼ੁੱਧ ਸਰੂਪ ਵਿੱਚ ਬੁੱਧੀ ਨੂੰ ਵੀ ਟਿਕਾ ਦਿੱਤਾ। ਇਹ ਬਾਹਰਮੁਖੀ ਬਿਰਤੀਆਂ ਨੂੰ ਰੋਕ ਕੇ ਅੰਤਰਮੁਖੀ ਹੋ ਗਏ। ਉੱਥੇ ਫਿਰ ਕੀ ਹੈ, ਉੱਥੇ ਕੋਈ ਕਿਰਿਆ ਨਹੀਂ ਰਹਿੰਦੀ, ਬਾਕੀ ਉੱਥੇ ਆਨੰਦ ਰਹਿੰਦਾ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਬੁੱਧੀ ਦਾ ਵੀ ਅਭਾਵ ਹੋ ਗਿਆ, ਜਿਵੇਂ ਗਹਿਰੀ ਨੀਂਦਰ ਵਿੱਚ ਸੁੱਤਿਆਂ ਆਪਣਾ ਗਿਆਨ ਨਹੀਂ ਰਹਿੰਦਾ, ਮੈਂ ਕੌਣ ਹਾਂ, ਨਾ ਕੋਈ ਮਨ ਰਹਿੰਦਾ ਨਾ ਕੋਈ ਬੁੱਧੀ ਰਹਿੰਦੀ ਹੈ। ਜੇ ਗਹਿਰੀ ਨੀਂਦ ਹੋਵੇ, ਜੇ ਸੁਪਨਾ ਦੇਖ ਰਿਹਾ ਤਾਂ ਮਨ ਅਜੇ ਚੱਲ ਰਿਹਾ, ਪਰ ਜਦੋਂ ਪੂਰਾ ਨੀਂਦ ਹੋ ਗਈ, ਪੂਰੀ ਗਹਿਰੀ ਨੀਂਦ ਹੋ ਗਈ, ਸੁਪਨੇ ਵੀ ਖਤਮ ਹੋ ਗਏ, ਮਨ ਸ਼ਾਂਤ ਹੋ ਗਿਆ, ਬੁੱਧੀ ਸ਼ਾਂਤ ਹੋ ਗਈ, ਪਰ ਉਹ ਮੋਮੈਂਟਰੀ ਹੈ। ਪਰ ਇਸ ਅਵਸਥਾ ਵਿੱਚ
संसार दे सारे कारज करदिया होया यह मन बिरती अंदर शुद्ध स्वरूप टिकी है, इहनू कहिंदे ने ज्ञान दा दृढ़ हो जाना। जदों यह सरम खंड विचों लंघ गया, मन बिरतियां नू एकागर कर लिया, सुरत शब्द भी जोड़ ली, इत्थे है मन टिक जाना, सहज आ जानी। जिहड़ी अवस्था गुरदेव ने कहा सतगुर तां पाया सहज सिद्धि, हुण बिरती टिकी है। इस नूं शास्त्रां विच धर्म ग्रंथां विच पदार्थ भावनी क्या है, पदार्थ भावनी। बिरतियां भी शांत हो गईयां, शरीर दा भी जो शरीर नाल आसक्ति सी, शरीर दा भाव सी, वह भी खत्म हो गया। मन भी टिक गया, उस परमेश्वर च लीनता आ गई। वो अवस्था है कर्म खंड दी। बस इत्थे तक जिज्ञासु दा जतन है, कर्म दा भाव है बख्शिश। हुण की है, हुण बख्शिश दे खंड च पहुँच गया है, हुण परमेश्वर दे चरणा विच जुड़ गया है। तो उत्थे की है फिरो प्यार नाल, कर्म खंड की बाणी जोर, तिथै होर ना कोई हो। उत्थे जोर है, केड़ा जोर है, अपना जोर नहीं है, रब्बी शक्ति है, परमेश्वर दी रहमत है, वो बख्शिश दा खंड है। हुण इत्थे फिसलन नहीं है, क्योंकि लीनता आ गई है। मन बुद्धि दा भी अभाव हो गया, शरीर दा भी अभाव हो गया, इह सारे कार्य कर रहा है, लेकिन इह अहंता भाव नाल नहीं कर रहा। हुण शरीर नूं मैं नहीं समझ रहा, हुण मन बुद्धि नूं मैं नहीं समझ रहा, हुण पूर्ण तौर ते परमेश्वर दे चरणां विच लीन है। तू तू करता तू हुआ, मुझ में रहा न हूँ, जब आपा पर का मिट गया, जत देखा तत तू। हुण तू ही है बस, हुण मैं भाव खत्म हो गया। उत्थे फिर की है, कर्म खंड की बाणी जोर, तिथै होर ना कोई होर। उत्थे होर कोई नहीं है, एक परमेश्वर दा बल है। तिथै जोध महाबल सूर, ते गुरदेव समझा रहे हैं कि उत्थे पहुँच कौन सकता है। तिथै जोध महाबल सूर, सूर में पहुँच सकते हैं महाबली, जिन्होंने अपने मन नू जित लिया। सब तो औखा काम है अपने मन नू, अपनी बुद्धि नू, अपने हंकार नू जितना। ते जेड़े इस नू जित गए, वह महाबली जोधे सुर में उस परमेश्वर दी बख्शिश दे खंड विच पहुँच गए। प्यार नाल आखो सतनाम, करो दर्शन। तन भाई मनी सिंह जी साहब, शरीर दा बंद बंद कटिया जा रहा है, बंद बंद कटिया जा रहा है। जलाद आया है हुक्म है जकरिया खान दा कि इहदे बंद बंद कट दिओ। ते जलाद हथ वड्डन लगा है, ते भाई मनी सिंह जी कहिंदे ने ओ ध्यान कर, तैनू हुक्म की है बंद बंद कटना, मेरे पोटे पोटे उंगल दियां वी चार टुकड़ा करनियां ने। प्यार नाल आखो सतनाम, ये केड़ा बल है, ये रब्बी बल है। तिथै जोध महाबल सूर, सूरमा किनू क्या बाणी विच, लवो बाणी दी ओट, किनू सूरमा कहंदे ने गुरदेव। पढ़ो प्यार नाल, सूरा सो पहचानिए, जो लड़ै दीन के हेत, पुरजा पुरजा कट मरे, कबू ना छाड़े के। एक ओ सूरमा जिहड़ा धर्म लई, सिद्धांत लई, सच लई लड़दा है। शहीद पता किनू कहंदे ने, हिंदुस्तान विच शहीद शब्द धन गुरु अर्जन देव जी महाराज दी शहीदी तो बाद आया है। इस तो पहले शहीद शब्द हिंदुस्तान विच नहीं सी। शहीद दा अर्थ होंदा है सच दा गवाह, जिहड़ा सच दे सिद्धांत ते अपना जीवन भी कुर्बान कर दे, उन्हूं कहंदे ने शहीद। प्यार नाल आखो सतनाम, इसलिए कहा जाता शहीदां दे सिरताज धन गुरु अर्जन देव पातशाह, सच दे सिद्धांत ते खड़े ने। भाई मनी सिंह जी कहिंदे ने मेरा पुरजा पुरजा, मेरा बंद बंद कट दे। आप आवाज दे के कह रहे हैं तैनू हुक्म है, पर अंदर की चल रहा है, अंदर जपजी साहब का पाठ चल रहा है।
ਗੁਰਦੇਵ ਕਹਿੰਦੇ ਨੇ ਜਾ ਕੋ ਪੜ੍ਹੋ ਪਿਆਰ ਨਾਲ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾ ਕੇ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸਨ ਸਹਿਜ ਵਿੱਚ ਸਮਾ ਗਏ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਿਸਨੇ ਆਪਣੇ ਆਤਮ ਨੂੰ ਆਪਣੇ ਮਨ ਚਿਤ ਬੁੱਧ ਹੰਕਾਰ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ ਔਰ ਬਾਣੀ ਦੇ ਰੰਗ ਵਿੱਚ ਰੰਗਿਆ ਗਿਆ ਹੈ ਸਰਣੀ ਪਾਵਨ ਉਹਦੀ ਸ਼ਰਨ ਵਿੱਚ ਪਹੁੰਚ ਗਿਆ ਹੈ ਸਰਣੀ ਪਾਵਨ ਸਹਿਜ ਸਮਾਵਨ ਸਹਿਜ ਆ ਗਈ ਟਿਕਾਵ ਆ ਗਿਆ ਅਤੇ ਸਹਿਜ ਅਵਸਥਾ ਕੀ ਹੈ ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਿਨ ਹੀ ਪਰਮ ਪਦ ਪਾਇਆ ਤ੍ਰੈ ਗੁਣਾਂ ਮੈਂ ਸਹਿਜ ਨਹਿ ਮਿਲੇ ਤ੍ਰੈ ਗੁਣ ਭਰਮ ਭੁਲਾਏ ਗਾਵੀਏ ਸੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਇਹ ਸਹਿਜ ਗੁਰਮੁਖ ਹੋ ਕੇ ਹੀ ਪ੍ਰਾਪਤ ਹੁੰਦੀ ਹੈ ਪਿਆਰ ਨਾਲ ਲਾਗੋ ਸਤਨਾਮ ਜਿੱਥੇ ਮਨ ਦੇ ਸੰਕਲਪ ਵਿਕਲਪ ਖਤਮ ਹੋ ਗਏ ਸਾਰੇ ਫੁਰਨੇ ਸ਼ਾਂਤ ਹੋ ਗਏ ਉਹ ਸਹਿਜ ਹੈ ਅਤੇ ਇਹ ਜੋ ਕਮਾਈ ਕਰਕੇ ਨਾਮ ਦੀ ਕਮਾਈ ਕਰਕੇ ਗਏ ਉਹਨਾਂ ਨੂੰ ਗੁਰਦੇਵ ਨੇ ਕਿਹਾ ਉਹ ਸੂਰਮਾ ਹੈ ਦੋ ਹੀ ਸੂਰਮੇ ਨੇ ਇੱਕ ਜੋ ਧਰਮ ਲਈ ਲੜਦਾ ਉਹ ਸੂਰਮਾ ਅਤੇ ਇੱਕ ਜਿਹੜਾ ਮਨ ਨੂੰ ਜਿੱਤ ਜਾਂਦਾ ਹੈ ਪਰਮੇਸ਼ੁਰ ਦੇ ਨਾਮ ਭਗਤੀ ਕਮਾ ਕੇ ਜਿਹਨੂੰ ਪਰਮੇਸ਼ੁਰ ਦਾ ਰੰਗ ਲੱਗ ਜਾਂਦਾ ਹੈ ਪਰਮੇਸ਼ੁਰ ਦਾ ਪਿਆਰ ਪੈ ਜਾਂਦਾ ਹੈ ਉਹ ਸੂਰਮਾ ਪਾਤਸ਼ਾਹ ਬਖਸ਼ਿਸ਼ ਕਰੇ ਕਰਮ ਖੰਡ ਕੀ ਬਾਣੀ ਜੋ ਇਹ ਜੱਲਾਦ ਤੂੰ ਬੰਦ ਬੰਦ ਕੱਟਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣਿਆ ਜਾ ਰਿਹਾ ਹੈ 7 ਸਾਲ ਅਤੇ 9 ਸਾਲ ਦੇ 2 ਬੱਚੇ ਉਮਰ ਦੇਖੋ ਨਿੱਕੀਆਂ ਜਿੰਦਾ ਵੱਡੇ ਸਾਕੇ 7 ਸਾਲ ਅਤੇ 9 ਸਾਲ ਦੀ ਉਮਰ ਹੈ ਅਤੇ ਨਵਾਬ ਦੀ ਅਦਾਲਤ ਵਿੱਚ ਪੇਸ਼ ਹੋਏ ਅਤੇ ਪੁੱਛਿਆ ਨਵਾਬ ਨੇ ਜੇ ਤੁਹਾਨੂੰ ਛੱਡ ਦੇਈਏ ਤਾਂ ਫਿਰ ਕੀ ਕਰੋਗੇ ਕਹਿਣ ਲੱਗੇ ਸ਼ਸਤਰ ਇਕੱਠੇ ਕਰਾਂਗੇ ਤੇਰੇ ਨਾਲ ਯੁੱਧ ਕਰਾਂਗੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਯੁੱਧ ਕਰਾਂਗੇ ਕਿਹੜਾ ਬਲ ਹੈ ਰੱਬੀ ਬਲ ਹੈ ਨੀਹਾਂ ਵਿੱਚ ਚਿਣਿਆ ਜਾ ਰਿਹਾ ਹੈ ਅਤੇ ਅੰਦਰ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਹੈ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਗੇ ਅਵਸਥਾ ਹੈ ਕਿਹੜਾ ਬਲ ਕਹਿ ਦੇਣਾ ਆਸਾਨ ਹੈ ਪਿਆਰੀ ਸਾਧ ਸੰਗਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ 2 ਲਾਲ ਅੱਜ ਬੱਚਾ ਘੰਟਾ ਦੇਰ ਨਾਲ ਘਰ ਆਵੇ ਨਾ ਪਿਆਰੀ ਸਾਧ ਸੰਗਤ ਅਤੇ ਖਿਆਲ ਮਾੜੇ ਪਾਸੇ ਹੀ ਜਾਂਦੇ ਨੇ ਚੰਗੇ ਪਾਸੇ ਨਹੀਂ ਜਾਂਦੇ ਮਾਵਾਂ ਦਰਵਾਜ਼ੇ ਜੀ ਖਲੋ ਜਾਂਦੀਆਂ ਮੇਰਾ ਬੱਚਾ ਲੇਟ ਹੋ ਗਿਆ ਸੁੱਖ ਹੋਵੇ ਸਹੀ ਆਖੋ ਪਿਆਰ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰ ਕਲਗੀਧਰ ਪਾਤਸ਼ਾਹ ਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਸਾਕੋ ਤੂੰ ਠਾਕਰ ਊਚ ਭਗਵਾਨ ਸਾਹਿਬ ਕਮਾਲ ਆਪ ਦਸਤਾਰ ਸਜਾਈ ਪੁੱਤਰਾਂ ਦੇ ਸੀਸ ਤੇ ਜਾ ਬੇਟਾ ਧਰਮ ਯੁੱਧ ਵਿੱਚ ਲੜੋ ਜਾ ਕੇ ਪਤਾ ਹੈ ਲੱਖਾਂ ਦੀ ਤਾਦਾਦ ਵਿੱਚ ਫੌਜ ਹੈ ਇਹ ਮੇਰਾ ਸਾਹਿਬਜ਼ਾਦਾ ਜਾ ਰਿਹਾ ਹੈ ਇਹ ਮੇਰਾ ਅਜੀਤ ਜਾ ਰਿਹਾ ਹੈ ਇਹਨੇ ਮੁੜ ਕੇ ਵਾਪਸ ਨਹੀਂ ਆਉਣਾ ਕਵੀ ਨੇ ਬਹੁਤ ਸੁੰਦਰ ਇੱਕ ਥਾਂ ਲਿਖਿਆ ਹੈ ਮਾਤਾ ਜੀਤੋ ਜੀ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਮੈਂ ਪੁੱਤਰਾਂ ਦਾ ਹੁਣ ਵਿਆਹ ਕਰਨਾ ਚਾਹੁੰਦੀ ਹਾਂ ਕੋਈ ਸਾਕ ਲੱਭੋ ਅਤੇ ਪਾਤਸ਼ਾਹ ਕਹਿਣ ਲੱਗੇ ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਹ ਨੇ ਜੀਤੋ ਪੀ ਨਹੀਂ ਪਾਣੀ ਵਾਰ ਕੇ ਮੈਂ ਆਪਣੇ ਬੱਚਿਆਂ ਨੂੰ ਲੋਕਾਂ ਵਾਂਗਰ ਨਹੀਂ ਵਿਆਹਣਾ ਮੈਂ ਤੇ ਲਾੜੀ ਮੌਤ ਨਾਲ ਵਿਆਹਣਾ ਹੈ ਸ਼ਹਾਦਤ ਪਾਣੀ ਇਹਨਾਂ ਨੇ ਪਿਆਰ ਨਾਲ ਆਖੋ ਸਤਨਾਮ ਆਪ ਸੀਸ 'ਤੇ ਦਸਤਾਰਾਂ ਸਜਾਈਆਂ ਜਾਓ ਬੇਟਾ ਸੱਚ ਦੀ ਲੜਾਈ ਲੜੋ ਸੱਚ ਲਈ ਲੜਨਾ ਵੱਡਾ ਪੁੱਤਰ ਸ਼ਹੀਦ ਹੋ ਗਿਆ ਜੁਝਾਰ
ਉਹ ਕਹਿੰਦੇ ਨੇ ਪਾਤਸ਼ਾਹ ਮੇਰੇ 'ਤੇ ਵੀ ਕਿਰਪਾ ਕਰੋ, ਦੂਜੇ ਪੁੱਤਰ ਨੂੰ ਵੀ ਸਾਹਮਣੇ ਖਲੋ ਕੇ ਦੇਖ ਰਹੇ ਨੇ, ਅਨੇਕਾਂ ਜ਼ਾਲਮ ਆ ਕੇ ਸਭ ਪਾਸਿਓਂ ਘੇਰ ਕੇ, ਕੋਈ ਕਿਰਪਾਨ ਮਾਰ ਰਿਹਾ, ਕੋਈ ਤਲਵਾਰ ਮਾਰ ਰਿਹਾ, ਕੋਈ ਤੀਰ ਮਾਰ ਰਿਹਾ, ਸਾਹਮਣੇ ਖਲੋ ਕੇ ਬੱਚੇ ਨੂੰ ਸ਼ਹੀਦ ਕਰਾ ਹੈ ਜੁਰਤ। ਇੱਕ ਮੁਸਲਮਾਨ ਸ਼ਾਇਰ ਨੇ ਬਹੁਤ ਸੁੰਦਰ ਉੱਥੇ ਬਚਨ ਲਿਖੇ ਨੇ, ਕਦੀ ਗੁਰਦੁਆਰਾ ਕਤਲਗੜ੍ਹ ਸਾਹਿਬ ਜਾਓ, ਉਹ ਕਹਿੰਦਾ ਦੁਨੀਆ ਦੇ ਲੋਗੋ, ਅਗਰ ਸੰਸਾਰ 'ਤੇ ਕੋਈ ਤੀਰਥ ਹੈ ਤਾਂ ਉਹ ਚਮਕੌਰ ਦੀ ਧਰਤੀ ਹੈ। ਅਗਰ ਇਸ ਸੰਸਾਰ 'ਚ ਕੋਈ ਤੀਰਥ ਹੈ ਤਾਂ ਚਮਕੌਰ ਦੀ ਧਰਤੀ ਹੈ, ਜਿੱਥੇ ਇੱਕ ਪਿਤਾ ਆਪਣੇ ਬੱਚਿਆਂ ਨੂੰ ਸਾਹਮਣੇ ਖੜਾ ਹੋ ਕੇ ਦੇਸ਼ ਲਈ, ਕੌਮ ਲਈ, ਪੰਥ ਲਈ, ਸੱਚ ਲਈ ਸ਼ਹੀਦ ਕਰਾ ਰਿਹਾ। ਧੰਨ ਗੁਰੂ ਖਲਗੀ ਸਾਹਮਣੇ ਖਲੋ। ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਹ ਨੇ, ਜੀਤੋ ਪੀ ਲਈ ਪਾਣੀ ਵਾਰ ਕੇ ਹੈ ਕੋਈ ਪਿਤਾ? ਪੁੱਤਰ ਰੱਖ ਕੇ ਇਮਾਨ ਦੇਣ ਵਾਲੇ ਬਹੁਤ ਨੇ ਸੰਸਾਰ ਵਿੱਚ, ਪੁੱਤਰ ਦੇ ਕੇ ਪੰਥ ਦੀ ਲੱਜ ਰੱਖਣ ਵਾਲਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਇਨ ਪੁੱਤਰਨ ਕੀ ਜਨਮ ਦਰ ਜਨਮ ਲੈ ਲਈ ਨਾ ਪਿਆਰੀ ਸਾਧ ਸੰਗਤ, ਆਪਣੇ ਪਿਤਾ ਦੀ ਕੁਰਬਾਨੀ ਦੇ ਅਹਿਸਾਨ ਨਹੀਂ ਲਾ ਸਕਦੇ, ਨਹੀਂ ਉਤਾਰ ਸਕਦੇ। ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਹਣੇ, ਜੀਤੋ ਪੀ ਲਈ ਪਾਣੀ ਵਾਰ ਕੇ। ਉਹ ਮਾਂ ਦਾਦੀ ਸੁਣਦੇ ਹੀ ਆਏ ਹਾਂ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਅਤੇ ਸਮਝਾ ਰਹੀ ਹੈ ਬੇਟਾ ਤੁਸੀਂ ਕਿਤੇ ਪੋਤਰੇ ਹੋ, ਤੁਸੀਂ ਕਿਤੇ ਪੁੱਤ ਹੋ, ਤੁਸੀਂ ਕਿਤੇ ਪੜਪੋਤੇ ਹੋ, ਤੁਹਾਡੇ ਬਜ਼ੁਰਗ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਹੀਦੀ ਦੀ ਲਕੀਰ ਖਿੱਚੀ ਹੈ, ਪਿੱਠ ਨਹੀਂ ਦੇਣੀ, ਆਪ ਸੀਸ 'ਤੇ ਹੱਥ ਰੱਖ ਕੇ ਭੇਜ ਰਹੀ ਹੈ ਦਾਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਿਹਾ, ਤਿੱਥੈ ਸੀਤੋ ਸੀਤਾ ਮਹਿਮਾ ਮਾਏ, ਤਾਕੇ ਰੂਪ ਨਾ ਕਥਨੇ ਜਾਣ, ਉਹਨਾਂ ਮਹਾਬਲੀ ਯੋਧਿਆਂ ਸੂਰਮਿਆਂ ਭਗਤ ਜਨਾਂ ਦਾ ਮਨ ਉਸ ਪ੍ਰਭੂ ਦੀ ਮਹਿਮਾ ਵਿੱਚ ਸੀਤਾ ਗਿਆ ਹੈ, ਜਿੱਥੇ ਸੀਤੋ ਸੀਤਾ ਮਹਿਮਾ ਮਾਂ, ਉਹਨਾਂ ਮਨ ਭਿੱਜ ਗਿਆ ਹੈ, ਸੀਤਾ ਗਿਆ ਹੈ। ਭਾਈ ਮਤੀ ਦਾਸ ਜੀ ਦੇ ਸੀਸ 'ਤੇ ਆਰਾ ਚੱਲ ਰਿਹਾ ਹੈ, ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ, ਕਹਿੰਦੇ ਬਸ ਮੇਰਾ ਮੁੱਖ ਮੇਰੇ ਗੁਰੂ ਵੱਲ ਕਰ ਦੇ ਅਤੇ ਹਮ ਜਲਾ ਦੇ ਆਹਾਰਾ ਹੌਲੀ ਹੌਲੀ ਚਲਾ, ਬੜਾ ਆਨੰਦ ਆ ਰਿਹਾ ਹੈ, ਮਨ ਸੀਤਾ ਗਿਆ ਹੈ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾ ਰਿਹਾ, ਕਹਿੰਦੇ ਨੇ ਜਪਜੀ ਸਾਹਿਬ ਦਾ ਪਾਠ ਸਮਾਪਨ ਹੋ ਜਾਏ ਤਾਂ ਇਹ ਸਰੀਰ ਛੁੱਟੇ, ਮਨ ਸੀਤਾ ਗਿਆ ਉਸਦੀ ਮਹਿਮਾ ਵਿੱਚ। ਭਾਈ ਸਤੀ ਦਾਸ ਜੀ ਦੇ ਆਲੇ ਦੁਆਲੇ ਰੂਹ ਬਣ ਕੇ ਉਹਨਾਂ ਨੂੰ ਜ਼ਿੰਦਾ ਜਲਾਇਆ ਜਾ ਰਿਹਾ, ਉਹ ਪੜ੍ਹ ਰਹੇ ਨੇ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਨ, ਅਨੇਕਾਂ ਸਿੰਘ ਸ਼ਹੀਦ ਸ਼ਹਾਦਤਾਂ ਦੇ ਰਹੇ ਨੇ ਕਿ ਪੰਥ ਚੜ੍ਹਦੀ ਕਲਾ ਵਿੱਚ ਰਹੇ ਪਿਆਰੀ ਸਾਧ ਸੰਗ, ਪਰ ਅਸੀਂ ਕੁਰਬਾਨੀਆਂ ਭੁੱਲੀ ਜਾ ਰਹੇ ਹਾਂ। ਮਹਾਂਪੁਰਸ਼ਾਂ ਦੇ ਮੁੱਖ ਤੋਂ ਸੁਣਿਆ ਸੀ
कि बिरला सेठ घनश्याम दास बिरला उन्हें एक हिंदू महासभा विच बचन कीते। जदों उन्होंने को बचन करने लिए क्या गया, कहन लगे दुनिया दे हिंदुओं मथे ते तिलक लगाओ, उन्हां चार साहबजादियां दी शहादत नू याद करना जिन्हां दी शहादत सदका तुहाडे मथियां ते अज तिलक ने। प्यार नाल आखो सतनाम। ए दुनिया दे हिंदुओ जनेऊ पान लगो, याद करना धन गुरु तेग बहादुर पातशाह ने अपनी शहादत दे के तुहाडे जनेऊ दी रक्षा कीती है। ते कदी ए भी विचार लईए, ए दुनिया दे गुरसिखो सीस ते दस्तार सजान लगो ते आख्या करो धन गुरु कलगीधर पातशाह। मूल मंत्र दे जाप करिया करो, हुण ते सानू दस्तारा भी वजन लगन लग गईयां ने। याद करिया करो ए सरदारी ए सिर दा ताज सानू किने दिता है, धन गुरु कलगीधर पातशाह। अनेकां शहीदां सिंघां ने कुर्बानियां दे के साडे सिर दी सरदस्तार दी रक्षा कीती है। अज सानू वजन लगदा है। करम खंड की बाणी जोर, तिथै होर ना कोई होर, तिथै जोध महाबल सूर, तिन में राम रहा भरपूर, तिथै सीतो सीता महिमा। क्यों है शक्ति है कि अंदर परमेश्वर दा नाम वो सर्वव्यापी राम वो अंदर वसया है, वो नाम दा रंग चढ़िया है, उदे नाल भरपूर हो रहे हैं। तिन में राम रहा भरपूर, तिथे सीतो सीता महिमा माए। उन्हां दा मन ओत प्रोत सीता गया उसकी महिमा विच, उदियां बख्शिशां विच, उदी वड्याई विच मन जुड़ गया है, सीता गया है। तिथे सीतो सीता महिमा माए। ते हुण केड़ा नवा रंग चढ़िया है, ताके रूप ना कथने जा। असे ते उन्हां महाबली जोधे सूरमियां दे रूप दी उन्हां दी अक्स दी फिर महिमा गाई नहीं जा सकती। पातशाह कहिंदे मन्ने की गत कही ना जाए, जिन्हें उस परमेश्वर दे नाम विच अपने आप नू रंग लिया फिर उहदी महिमा कथन नहीं हो सकती। प्यारी साध संगत प्यार नाल आखो सतनाम। उहदी महिमा फिर कथन नहीं हो सकती, ताके रूप न कथने जाए। कोई बना सकता है मेरे गुरु नानक दी तस्वीर, मेरे गुरु कलगीधर पातशाह दी तस्वीर? कहिंदे ने कलकत्ते, जदों कलकत्ते दे इलाके च बंगाल च गुरु तेग बहादुर पातशाह गए ते किसे पेंटर ने उन्हां दी तस्वीर बनाने दे वास्ते बेनती की, पर ब्रश चुकिया कलम चुकी पर चेहरे वाल देख भी नहीं पाया। प्यार नाल साखो सतनाम। को बना सकता है? मैं तो एक बेनती करना प्यारी साध संगत, तस्वीरां असे बनाइयां ने साडे मन दी भावना अनुकूल, असे गुरु नानक दी गुरु कलगीधर पातशाह दियां तस्वीरां बनाईयां ने, पर को बना सकदा तस्वीर? वो मेरे धन गुरु नानक पातशाह दे ते पैर दे अंगूठे हाथ दे अंगूठे दे भी दर्शन हो जाण ना ते अखां झुंगिया जांदियां ने। प्यारी साध संगत कौन बनाएगा तस्वीर, कौन बनाएगा? भाई साहब भाई वीर सिंह जी अनुभवी महाविद्वान संत कवि महापुरुष, वो अपने सुपने का बयान करते हैं। कहते मैं सुपने ही दीदार होए, बहुत सुंदर उन्होंने कविता रची। वो अपनी मजबूरी अपनी असमर्थता दस रहे ने, अपना प्यार दस रहे ने। हे धन गुरु कलगीधर पातशाह, सुपने विच तुसी मिले असानू, सुपने विच, सुपने विच तुसी मिले असानू, असा तागल वकड़ी पाई। सुपने विच तुसी मिले असानू, असा तागल वकड़ी पाई, ओ निरा नूर तुसी हाथ ना आए, साड़ी कंबदी रही कलाई।
सुपने विच तुसी मिले असानू, असा तागल वकड़ी पाई, ओ निरा नूर तुसी हाथ ना आए, साड़ी कंबदी रही कलाई। ता चरना ते सीस नवाया, कहंदन मेरा हाथ नहीं पहुंचया, मैं चरना ते सीस नवा देता। ता चरना ते सीस नवाया, पर छो ना किधरे पाई, तुसी उच्चे असी नीवे सा, साड़ी पेश ना गई आकाई। फिर लड़ फड़ने नूठ दौड़े, न चरना तक नहीं पहुंचया, गुरु का लड़ उड़दा जांदा सी, मैं वही फड़न की कोशिश की। फिर लड़ फड़ने नूठ दौड़े, पर लड़ ओ बिजली लहरा उड़दा जांदा, पर अपनी ओ छो सानू गया है लाई। मिट्टी चमक पई ऐ मोई, तुसी लूहा विच लिशके, हुन चका चौंद है छाई, हुन चका चौंद है छाई, सुपने विच तुसी मिले असानू, असा तागल वकड़ी पाई, ओ निरा नूर तुसी हाथ ना आए, साड़ी कंबदी रही कलाई। निरा नूर, ओ मेरा गुरु कलगीधर पातशाह ते नूर है, मेरा धन गुरु नानक ते नूरो नूर है, कौन करेगा ओदी तस्वीर, कौन बनाएगा, कौन बनाएगा। ताके रूप ना कथने जाए, ना ओ मरे ना ठागे जाए, जिनके राम वसे मन में। जिदे हिरदे विच मेरा गुरु वस जाए, जिदे हिरदे विच परमात्मा परमेश्वर वस जाए, गुरु कलगीधर पातशाह वस जाए, धन गुरु ग्रंथ साहब जी दी बाणी वस जाए, ना ओ मरे फिर उन्हां दी मौत नहीं है। शरीर दी मौत मौत नहीं होंदी प्यारी साध संगत, फिर वो मौत मौत नहीं है, फिर तो उस लीन हो गए, जन्म मरण तो खत्म खत्म हो गया। जिस मरने ते जग डरे, मेरे मन आनंद मरने ही ते पाईए पूरन परमानंद। ना ओ मरे ना ठागे जाए, जिनके राम वसे मन माए। ना उन्होंने हुन कोई माया ठग सकती है, ऐसी ठगोरी पाए पुलावे, मन लग सब के लागे मीठी। असे ठगे जा रहे हैं माया द्वारा, रोज ठगे जा रहे हैं। माए बाप पूत इत प्राता, उन कर कर मेले ओ दुआ, किसी ही वाद काट किसी पे, सगले लर लर मुआ। हों बलिहारी सतगुर अपने, जिन ए चल दिखाया, गुज्जी भाए जले संसारा, भगत न व्यापे माया। संसार सारी गुज्जी अगे जल रहा है, तड़प रहा है, कल्पना कलेश विच माया दी हाय हाय विच जल रहा है, रोज जल रहा है, तृष्णा दी अग्नि विच जल रहे हैं सारे, पर भगत नहीं जलदा, भगत नूं व्यापदी नहीं माया। असे ठगे जा रहे हैं, भरा भरा नाल लड़ रहा है, भैन भैन नाल लड़ रही है, दोस्त दोस्त नाल लड़ रहा है, पति पत्नी लड़ रहे ने, पिता पुत्र लड़ रहे ने, है तो सब माया ना। कितने धन वास्ते लड़ लिया, कितने वाह वाह वास्ते लड़ लिया, तो कितने उंज नहीं अपने हंकार पिछे लड़ी जाता है। प्यार ना लाखो सतनाम, लड़ते रहा ही है, हर वेले लड़ रहा है। ऐसी ठगोरी पाए पुलावे, मन सब के लागे मीठी। माए बाप पूत इत प्राता, उन कर कर मेले ओ दुआ, किसी वाद काट किसी पे, किसी को वाद है किसी को काटे लड़ी जा रहे हैं, सगले लर लर मुआ। भगत नूं व्यापदी नहीं, ना ओ मरे ना ठागे जाए, जिनके राम वसे मन माहे। तो जिस वेले अवस्था बन गई प्यारी साध संगत, ते गुरदेव इससे पौड़ी विच भी अगली अवस्था दस रहे हैं। सच खंड वसे निरंकार, जिनके राम वसे मन माहे, तिथे भगत वसे केलो। इत्थे एकता दी गल कर रहे ने गुरदेव, ए वखरेवां ए संपर्दावां ए मजहबां दे झगड़े बस उदों तक ही ने जदों तक अहंकार खड़ा है। तां ही गुरदेव ने कहा, फकीर ना हिंदू ना मुसलमान, जिहड़े एक अवस्था ते पहुंच जांदे ने उत्थे सब आपसी द्वैत मिट जांदा,
ਪਾਤਸ਼ਾਹ ਕਹਿੰਦੇ ਇਸ ਅਵਸਥਾ ਵਿੱਚ ਜਿਹੜੇ ਪਹੁੰਚੇ ਨੇ, ਕੌਣ ਪਹੁੰਚੇ ਨੇ, ਤਿੱਥੇ ਭਗਤ ਵਸੇ ਕੇਲੋ ਖੰਡਾਂ ਬ੍ਰਹਮੰਡਾਂ ਦੇ, ਹਰ ਧਰਮ ਦੇ, ਹਰ ਮਜ਼ਹਬ ਦੇ, ਹਰ ਸੰਪਰਦਾ ਦੇ, ਜਿਨ੍ਹਾਂ ਨੇ ਜੀਵਨ ਵਿੱਚ ਕੁਛ ਕਮਾਇਆ ਹੈ, ਫਿਰ ਉਹ ਉੱਥੇ ਪਹੁੰਚੇ ਨੇ। ਉੱਥੇ ਫਿਰ ਜਾਤੀ ਅਹੰਕਾਰ ਨਹੀਂ ਹੈ ਕਿ ਕਿਸ ਮਜ਼ਹਬ ਤੋਂ ਹੈ। ਗੱਲ ਤਾਂ ਕਮਾਈ ਦੀ ਹੈ, ਤੂੰ ਕਮਾਈ ਕੀ ਕਰਕੇ ਆਇਆ, ਤੂੰ ਖੱਟ ਕੇ ਕੀ ਆਇਆ। ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਹੁਣ ਉਹ ਸਹਿਜ ਹੈ, ਆਨੰਦ ਹੈ, ਉਹ ਆਨੰਦ ਹੀ ਦੁਨੀਆ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਆਨੰਦ ਹੀ ਆਨੰਦ ਹੈ, ਉੱਥੇ ਆਨੰਦ ਦਾ ਦੇਸ਼ ਹੈ। ਗੁਰਦੇਵ ਕਿਰਪਾ ਕਰ ਰਹੇ ਹਨ ਅਤੇ ਜਦੋਂ ਇਹ ਅਵਸਥਾ ਬਣੀ, ਕਦੀ ਉਹ ਦੇਖੋ ਟਿਕਾਣਾ, ਉਹ ਸਥਾਨ ਜਿੱਥੇ ਨਦੀ ਸਮੁੰਦਰ ਵਿੱਚ ਪ੍ਰਵੇਸ਼ ਕਰਦੀ ਹੈ। ਨਦੀ ਵੀ ਇੰਜ ਚੌੜੀ ਹੋ ਜਾਂਦੀ ਹੈ ਅਤੇ ਸਮੁੰਦਰ ਵੀ ਖੁੱਲ੍ਹਾ ਪਿਆ ਹੈ, ਨਦੀ ਸਮੁੰਦਰ ਵਿੱਚ ਇੱਕ ਹੋ ਜਾਂਦੀ ਹੈ। ਪਿਆਰ ਨਾਲ ਆਖੋ ਸਤਨਾਮ। ਇਸੇ ਪੌੜੀ ਵਿੱਚ ਜਦੋਂ ਇਹ ਕਿਰਪਾ ਹੋਈ ਅਤੇ ਲੀਨਤਾ ਆ ਗਈ, ਉਸ ਪ੍ਰਭੂ ਨਿਰੰਕਾਰ ਵਿੱਚ ਸਮਾ ਗਏ। ਜਿਸ ਅਵਸਥਾ ਬਾਰੇ ਬਾਬਾ ਕਬੀਰ ਜੀ ਕਹਿੰਦੇ ਨੇ, ਅਬ ਤੋ ਜਾਏ ਚੜ੍ਹੇ ਸਿੰਘਾਸਨ। ਪੜ੍ਹੋ ਪਿਆਰ ਨਾਲ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਮਿਲ ਹੈ ਸਾਰੰਗ ਪਾਣੀ, ਓ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਹੁਣ ਤੇ ਕਬੀਰ ਰਾਮ ਹੋ ਗਿਆ ਹੈ। ਤੂੰ ਤੂੰ ਕਰਤਾ ਤੂੰ ਹੁਆ, ਤੂੰ ਹੀ 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 ਤੂੰ ਹੀ। ਜਦੋਂ ਇਸ ਥਾਂ 'ਤੇ ਪਹੁੰਚੇ ਨਾ ਗੁਰਦੇਵ ਬਾਣੀ ਪੜ੍ਹਦੇ ਹੋਏ, ਧੰਨ ਗੁਰ ਕਲਗੀਧਰ ਪਾਤਸ਼ਾਹ, ਅਤੇ ਸਮਾਧੀ ਲੱਗ ਗਈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਪੜ੍ਹੋ ਪਿਆਰ ਨਾਲ, ਤੂੰ ਹੀ 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 ਤੂੰ। ਸਮਾਧੀ ਲੱਗ ਗਈ ਗੁਰੂ ਕਲਗੀਧਰ ਪਾਤਸ਼ਾਹ। ਭਾਈ ਮਣੀ ਸਿੰਘ ਜੀ ਲਿਖੀ ਜਾ ਰਹੇ ਨੇ, ਗੁਰਦੇਵ ਉਚਾਰੀ ਜਾ ਰਹੇ ਨੇ, 16 ਮਨ ਕਾਗਜ਼ ਭਰ ਗਿਆ ਪਿਆਰੀ ਸਾਹਿਬ, 16 ਮਨ ਕਾਗਜ਼। ਸਮਾਧੀ ਖੋਲ੍ਹੀ ਗੁਰਦੇਵ ਨੇ, ਕਹਿਣ ਲੱਗੇ ਬਸ ਹੁਣ 16 ਵਾਰੀ ਲਿਖਿਆ ਰਹਿੰਦੇ, ਕਹਿੰਦਾ ਕੌਣ ਪੜ੍ਹੇਗਾ। ਅਵਸਥਾ ਬਣ ਗਈ, ਲੀਨਤਾ ਆ ਗਈ, ਉਹ ਅਵਸਥਾ ਭਗਤ ਦਾ ਅਤੇ ਪਰਮੇਸ਼ੁਰ ਦਾ ਮਿਲਾਪ ਹੋ ਗਿਆ। ਉਹ ਸੱਚਖੰਡ ਵਿੱਚ ਕੇਵਲ ਅਤੇ ਕੇਵਲ ਇੱਕ ਉਹ ਨਿਰੰਕਾਰੀ ਜੋਤ, ਉਹ ਆਪ ਅਕਾਲ ਪੁਰਖ ਹੈ। ਪਿਆਰ ਨਾਲ ਆਖੋ ਸਤਨਾਮ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਬਣ, ਜੇ ਕੋ ਕਥੈ ਤਾਂ ਅੰਤ ਨਾਨ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾ। ਉਸ ਸੱਚਖੰਡ ਦੀ ਅਵਸਥਾ ਵਿੱਚ ਕੇਵਲ ਅਤੇ ਕੇਵਲ ਪਰਮਾਤਮਾ ਹੈ। ਘਰ ਘਰ ਵੇਖੇ ਜਿੱਥੇ ਉਹ ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ ਹੈ, ਚਲਾ ਰਿਹਾ ਹੈ, ਤਿੱਥੇ ਖੰਡ ਮੰਡਲ ਵਰਭੰਡ, ਉਸੇ ਇੱਕ ਵਿੱਚ ਇਹ ਸਾਰੇ ਖੰਡ ਮੰਡਲ ਅਤੇ ਵਰਭੰਡ ਸਮਾਏ ਹੋਏ ਨੇ, ਉਸ ਵਿੱਚ ਸਮਾਏ ਹੋਏ ਨੇ। ਤਿੱਥੇ ਖੰਡ ਮੰਡਲ ਵਰਭੰਡ, ਜੇ ਕੋ ਕਥੈ ਤਾਂ ਅੰਤ ਨਾਨ, ਅਤੇ ਇਹਦਾ ਕੋਈ ਗਿਣਤੀ ਕਰਨ ਲੱਗੇ, ਕੋਈ ਵਿਚਾਰੇ ਤਾਂ ਇਹਦਾ ਅੰਤ ਨਹੀਂ ਹੈ। ਤਿੱਥੇ ਲੋ ਲੋ ਆਕਾਰ, ਉੱਥੇ ਰੋਜ਼ ਹੀ ਸ੍ਰਿਸ਼ਟੀਆਂ ਘੜੀਆਂ ਜਾ ਰਹੀਆਂ ਨੇ, ਸ੍ਰਿਸ਼ਟੀਆਂ ਉਸ ਵਿੱਚ ਸਮਾ ਰਹੀਆਂ ਨੇ, ਨਵੀਆਂ ਸ੍ਰਿਸ਼ਟੀਆਂ ਘੜ ਰਹੀਆਂ ਨੇ, ਸਮਾ ਰਹੀਆਂ ਨੇ। ਹਰਣ ਭਰਨ ਜਾਕਾ ਨੇਤਰ ਫੋਰ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਿਵੇਂ ਜਿਵੇਂ ਉਹਦਾ ਹੁਕਮ ਹੈ ਤਿਵੇਂ ਤਿਵੇਂ ਉਹ ਸੰਸਾਰ ਦੀ ਕਾਰ ਚੱਲ ਰਹੀ ਹੈ। ਵੇਖ ਹੈ ਵਿਗਸੈ ਕਰ ਵਿਚਾਰ, ਅਤੇ ਉਹ ਆਪਣੇ ਕੀਤੇ ਨੂੰ ਦੇਖ ਰਿਹਾ ਹੈ, ਵਿਕਾਸ ਵਿੱਚ ਹੈ, ਖੇੜੇ ਵਿੱਚ ਹੈ। ਗੁਰਦੇਵ ਕਹਿੰਦੇ ਨੇ ਇਸ ਤੋਂ ਅੱਗੇ ਕੋਈ ਬਿਆਨ ਕਰਨਾ ਨਹੀਂ, ਇਹ ਤਾਂ ਆਨੰਦ ਹੈ, ਇਹ ਤਾਂ ਪ੍ਰੀਤਮ ਦਾ ਦੇਸ਼ ਹੈ, ਇਹ ਤਾਂ ਮਾਨਣਾ ਹੈ, ਬਿਆਨਿਆ ਨਹੀਂ ਜਾ ਸਕਦਾ। ਗੁਰਦੇਵ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਔਖਾ ਕੰਮ ਹੈ।
ਇਸ ਦਾ ਕਥਨ ਕਰਨਾ ਬੜਾ ਹੀ ਔਖਾ ਹੈ। ਗੁਰਦੇਵ ਕਹਿੰਦੇ ਕਿੰਨਾ ਔਖਾ ਹੈ, ਜਿਵੇਂ ਲੋਹਾ ਚਬਾਉਣਾ। ਸਾਰ ਕਹਿੰਦੇ ਲੋਹੇ ਨੂੰ, ਨਾਨਕ ਕਥਨਾ ਕਰੜਾ ਸਾਰ, ਔਖਾ ਹੈ ਜਿਵੇਂ ਲੋਹਾ ਚਬ ਨਹੀਂ ਜਾ ਸਕਦਾ। ਕਿਵੇਂ ਚਬੀਏ ਲੋਹੇ ਨੂੰ? ਗੁਰਦੇਵ ਕਹਿੰਦੇ ਨੇ ਉਹ ਤਾਂ ਫਿਰ ਵੀ ਕੋਈ ਚਬਾ ਲਏਗਾ, ਪਰ ਉਸ ਪਰਮੇਸ਼ਰ ਦੇ ਬਾਰੇ ਕੁਝ ਹੋਰ ਕਹਿਣਾ ਬੜਾ ਔਖਾ ਹੈ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ, ਨਾਨਕ ਕਥਨਾ ਕਰੜਾ ਸਾਰ। ਇੱਥੇ ਆ ਕੇ ਗੁਰਦੇਵ ਸੰਪੂਰਨ ਜਪਜੀ ਸਾਹਿਬ ਨੂੰ ਇੱਕ ਵਾਰ ਫਿਰ ਦੁਹਰਾ ਦਿੰਦੇ ਨੇ। ਇਹ ਪੰਜ ਖੰਡ ਦਾ ਸਫ਼ਰ ਬੜਾ ਮਨੋਹਰ ਹੈ ਪਿਆਰੀ ਸਾਧ ਸੰਗਤ। ਇਹਦਾ ਲਾਹਾ ਤਾਂ ਹੈ ਜੇ ਇਕਾਂਤ ਵਿੱਚ ਬੈਠ ਕੇ ਸਾਰੇ ਖੰਡਾਂ ਦੀ ਵਿਚਾਰ ਅੰਦਰੋਂ ਹੀ ਕਰੀਏ। ਇਹ ਬਿਰਤੀ ਉਹ ਸੱਚੇ ਦੇ ਦੇਸ਼ ਲੈ ਜਾਏਗੀ, ਬਿਰਤੀ ਉਹ ਸੱਚੇ ਦੇ ਦੇਸ਼ ਲੈ ਜਾਏਗੀ। ਪਰ ਬਾਣੀ ਦੇ ਸਮਾਪਨ ਅਤੇ ਅਖੀਰਲੀ ਪੌੜੀ 38ਵੀਂ ਪੌੜੀ ਵਿੱਚ ਗੁਰਦੇਵ ਇੱਕ ਵਾਰ ਫਿਰ ਸਾਰਾ ਕੁਝ ਦੁਹਰਾ ਦਿੰਦੇ ਨੇ ਇੱਕੋ ਪੌੜੀ ਵਿੱਚ, ਕਿ ਕਿਸੇ ਤਰ੍ਹਾਂ ਗੁਰਮੇਰਾ ਗੁਰਸਿੱਖ ਨਾ ਇਹ ਸੱਚਖੰਡ ਤੱਕ ਪਹੁੰਚ ਜਾਵੇ। ਜਿਵੇਂ ਮਾਂ ਵਾਰ ਵਾਰ ਯਤਨ ਕਰਦੀ ਹੈ, ਬੇਟਾ ਲਿਖ ਉੜਾ, ਲਿਖ ਉੜਾ, ਲਿਖ ਉੜਾ, ਫਿਰ ਲਿਖ, ਫਿਰ ਲਿਖ, ਫਿਰ ਲਿਖ, ਜਦ ਤੱਕ ਬੱਚਾ ਪੱਕਾ ਨਹੀਂ ਹੋ ਜਾਂਦਾ ਤਦ ਤੱਕ ਮਾਂ ਉਹਨੂੰ ਛੱਡਦੀ ਨਹੀਂ। ਦੁੱਧ ਦਿੰਦੀ ਹੈ, ਕਦੀ ਚੌਕਲੇਟ ਦਿੰਦੀ ਹੈ, ਕਦੀ ਕੋਈ ਲਾਲਚ ਦਿੰਦੀ ਹੈ, ਫਿਰ ਲਿਖ, ਫਿਰ ਲਿਖ, ਫਿਰ ਲਿਖ, ਕਿਸੇ ਤਰ੍ਹਾਂ ਮੇਰਾ ਬੱਚਾ ਪੜ੍ਹ ਜਾਏ। ਇਸੇ ਤਰ੍ਹਾਂ ਮੇਰੇ ਗੁਰਦੇਵ ਹੀ ਸਾਡੀ, ਤੂੰ ਮੇਰਾ ਪਿਤਾ, ਬੜੋ ਪਿਆਰਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀਵ। ਵਾਹਿਗੁਰੂ ਤੂੰ ਹੀ ਮੇਰਾ ਰਾਖਾ। ਵਾਹਿਗੁਰੂ, 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 ਵਾਹਿਗੁਰੂ। ਜਤ ਪਹਾਰਾ ਧੀਰਜ ਸੁਣਿਆਰ, ਅਹਿਰਣ ਮਤ ਵੇਦ ਹਥਿਆਰ, ਪਾਉ ਖਲਾ ਅਗਨ ਤਪਤਾਉ, ਭਾਂਡਾ ਪਾਉ ਅੰਮ੍ਰਿਤ ਤਿਤ ਟਾਲ, ਘੜੀਐ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ। ਸਾਰੀ ਜਪਜੀ ਸਾਹਿਬ 37 ਪੌੜੀਆਂ, ਪੰਜ ਖੰਡ 34, 35, 36 ਅਤੇ 37। ਗੁਰਦੇਵ ਨੇ ਉਸ ਸਾਡੇ ਸਾਰੇ ਸਵਾਲ ਦਾ ਜਵਾਬ ਦਿੱਤਾ ਹੈ। ਕਿਵ ਸਚਿਆਰਾ ਹੋਈ ਹੈ, ਕਿਵੇਂ ਅਸੀਂ ਸੱਚ ਦਾ ਘਰ ਹੋ ਜਾਈਏ। ਸਚਿਆਰ ਭਾਵ ਸੱਚ ਦਾ ਘਰ, ਅੰਦਰੋਂ ਕੂੜ ਦੀ ਮੈਲ ਉਤਰ ਜਾਏ। ਇਹ ਕੂੜ ਦੀ ਕੰਧ ਜਿਹੜੀ ਹੰਕਾਰ ਦੀ ਕੰਧ ਪਈ ਹੈ, ਆਈ ਐਮ ਨੈਸ, ਮੀ ਫਸਟ ਐਟੀਟਿਊਡ, ਇਹ ਫਾਲਸਹੁੱਡ, ਹਾਊ ਟੂ ਡਿਸਟਰੋਏ ਦਿਸ ਵਾਲ ਆਫ ਫਾਲਸਹੁੱਡ। ਇਸ ਹੰਕਾਰ ਦੀ ਕੰਧ ਨੂੰ ਕਿਵੇਂ ਤੋੜੀਏ ਅਤੇ ਕਿਵੇਂ ਉਸ ਸੱਚ ਨੂੰ ਪ੍ਰਾਪਤ ਕਰ ਲਈਏ। ਇਹ ਤਾਂ ਅੰਦਰ ਹੀ ਨਾ, ਸਭ ਕਿਛ ਘਰ ਮੈਂ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਸਾਡੇ ਉਸ ਇੱਕ ਸਵਾਲ ਦਾ ਜਵਾਬ ਹੈ ਸਾਰੀ ਜਪਜੀ ਸਾਹਿਬ ਹੈ। ਪੰਜ ਖੰਡਾਂ ਦੀ ਯਾਤਰਾ 'ਚ ਵੀ ਗੁਰਦੇਵ ਲੈ ਗਏ ਵੀ ਕਿਸੇ ਤਰ੍ਹਾਂ ਗੁਰਸਿੱਖ ਮੇਰੀ ਬਾਂਹ ਫੜ ਕੇ ਉਸ ਸੱਚਖੰਡ 'ਤੇ ਪਹੁੰਚ ਜਾਏ। ਅਤੇ 38ਵੀਂ ਪੌੜੀ ਵਿੱਚ ਗੁਰਦੇਵ ਇੱਕ ਵਾਰ ਫਿਰ ਉਸ ਸਿਧਾਂਤ ਦੁਹਰਾ ਰਹੇ ਨੇ ਕਿ ਕਿਵੇਂ ਉਸ ਸੱਚ ਨੂੰ ਤੂੰ ਪਾਉਣਾ ਹੈ। ਅਤੇ ਬੜਾ ਸੁੰਦਰ ਇੱਕ ਪ੍ਰੀਫੇਸ ਬਣਾਇਆ ਮੇਰੇ ਗੁਰਦੇਵ ਨੇ, ਬੜੀ ਸੁੰਦਰ ਇੱਕ ਭੂਮਿਕਾ ਦੱਸੀ ਹੈ। ਸਾਡੀ ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਕੀ ਹੈ?
ਸੋਨਾ ਉਹ ਹੀਰੇ ਦੀ ਕੀਮਤ ਤਾਂ ਹਰ ਬੰਦਾ ਨਹੀਂ ਸਮਝਦਾ। ਈਵਨ ਕਈ ਸੁਨਿਆਰਿਆਂ ਕੋਲ ਚਲੇ ਜਾਓ, ਹੀਰੇ ਨੂੰ ਨਹੀਂ ਪੜ੍ਹ ਸਕਦੇ ਹੋ, ਵੈਰੀ ਕਰਦੀ ਕੋਸਟ। ਸੋਨੇ ਦਾ ਇੱਕ ਸਟੈਂਡਰਡ ਰੇਟ ਹੈ, ਇੰਟਰਨੈਸ਼ਨਲ ਕਰੰਸੀ ਹੈ ਗੋਲਡ। ਡਾਲਰ ਵੀ ਕਿ ਜਿਹਨੂੰ ਅਸੀਂ ਇੰਟਰਨੈਸ਼ਨਲ ਕਰੰਸੀ ਕਹਿੰਦੇ ਹਾਂ, ਪਾਊਂਡ ਨੂੰ, ਉਹ ਵੀ ਹਰ ਮੁਲਕ 'ਚ ਨਹੀਂ ਜੇ ਚੱਲਦੇ। ਹੋ ਸਕਦਾ ਹਰ ਮੁਲਕ ਦੀ ਗੌਰਮੈਂਟ ਉਹਨੂੰ ਪ੍ਰਵਾਨ ਨਾ ਕਰਦੀ ਹੋਵੇ, ਪਰ ਸੋਨਾ ਇੱਕ ਐਸੀ ਚੀਜ਼ ਹੈ, ਜੁਗਾਂ ਜੁਗਾਂਤਰਾਂ ਤੋਂ ਸੋਨੇ ਦੀ ਵੈਲਿਊ ਹੈ। ਅਤੇ ਸੋਨੇ ਦੀ ਗੱਲ ਵੀ ਸੌਖੀ ਸਮਝ ਆ ਜਾਂਦੀ ਹੈ। ਕਹਿੰਦੇ ਸਿਆਣੇ ਕਹਿੰਦੇ ਨੇ, ਬੱਚੇ ਨੂੰ ਗਿਣਤੀ ਸਿਖਾਉਣੀ ਹੋਵੇ ਨਾ, ਉਹਨੂੰ ਨੋਟ ਦੇ ਦਿਓ, ਜਲਦੀ ਜਲਦੀ ਸਿੱਖ ਜਾਏਗਾ। 20 ਦਾ, 10 ਦਾ, 5 ਦਾ, ਪੈਸੇ ਵਿੱਚ ਅਟਰੈਕਸ਼ਨ ਹੈ। ਗੁਰਦੇਵ ਇੱਥੇ ਸਾਰਾ ਉਹ ਪ੍ਰੀਫੇਸ ਬਣਾ ਰਹੇ ਨੇ ਸੋਨੇ ਦਾ, ਕਿ ਜਿਵੇਂ ਸੋਨੇ ਦੇ ਸਿੱਕੇ ਘੜੀ ਦੇ ਨਾ, ਇਹ ਪਰਮਾਤਮਾ ਨੂੰ ਪਾਉਣ ਵਾਸਤੇ ਨਾਮ ਘੜਨਾ, ਨਾਮ ਦੀ ਕਮਾਈ ਕਰਨੀ ਹੈ। ਪਿਆਰ ਨਾਲ ਆਖੋ ਸਤਨਾਮ। ਸਾਡੀ ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਹੈ ਸੋਨਾ, ਅਤੇ ਗੁਰੂ ਨਾਨਕ ਦੀ ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਹੈ ਨਾਮ। ਨਾਨਕ ਕੇ ਘਰ ਕੇਵਲ ਨਾਮ। ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ, ਸ਼ਬਦ ਦਾ ਸਿੱਕਾ ਕਿਵੇਂ ਘੜਨਾ ਹੈ। ਗੁਰਦੇਵ ਕਹਿੰਦੇ ਨੇ, ਆ ਤੈਨੂੰ ਦਿਖਾਵਾਂ, ਜਿਵੇਂ ਸੁਨਿਆਰਾ ਸੋਨੇ ਦੇ ਸਿੱਕੇ ਘੜ ਰਿਹਾ ਹੈ, ਉਂਝੇ ਤੂੰ ਨਾਮ ਦੀ ਕਮਾਈ ਕਰਨੀ ਹੈ। ਇਸ ਪੌੜੀ ਵਿੱਚ ਗੁਰਦੇਵ ਸਾਨੂੰ ਇੱਕ ਸੁਨਿਆਰੇ ਦੀ ਭੱਠੀ 'ਤੇ ਲੈ ਜਾਂਦੇ ਨੇ, ਜਿੱਥੇ ਸੁਨਿਆਰਾ ਬੈਠਾ ਸੋਨੇ ਦੇ ਸਿੱਕੇ ਘੜ ਰਿਹਾ। ਅੱਜ ਕੱਲ੍ਹ ਤਾਂ ਵੱਡੀਆਂ ਵੱਡੀਆਂ ਫੈਕਟਰੀਆਂ ਨੇ, ਮਿੰਟ ਨੇ, ਜਿੱਥੇ ਸੋਨਾ ਕਰੰਸੀ ਨੋਟ ਛਪਦੇ ਨੇ, ਮਿੰਟ ਕਹਿੰਦੇ ਉਹਨੂੰ। ਅਗਲੇ ਜ਼ਮਾਨੇ ਵਿੱਚ ਜਿਹੜੇ ਵੀ ਰਾਜੇ ਮਹਾਰਾਜੇ ਆਪਣੇ ਪਾਸ ਬਿਠਾ ਕੇ ਸੁਨਿਆਰਿਆਂ ਨੂੰ, ਉਹਨਾਂ ਕੋਲੋਂ ਸਿੱਕੇ ਕਢਵਾਉਂਦੇ ਸਨ, ਸੋਨੇ ਦੇ ਸਿੱਕੇ। ਕਹਿੰਦੇ ਆਹ ਗੁਰਦੇਵ, ਕਹਿੰਦੇ ਆਹ ਗੁਰਸਿੱਖਾ, ਤੈਨੂੰ ਮੈਂ ਉੱਥੇ ਲੈ ਚੱਲਾਂ ਜਿੱਥੇ ਸੋਨੇ ਦਾ ਸਿੱਕਾ ਘੜਿਆ ਜਾ ਰਿਹਾ ਹੈ। ਬਸ ਜਿਵੇਂ ਸੁਨਿਆਰਾ ਸੋਨਾ ਪਿਆ ਘੜਦਾ ਹੈ, ਤੂੰ ਨਾਮ ਘੜ, ਤੂੰ ਸ਼ਬਦ ਦੀ ਕਮਾਈ ਕਰ। ਅਤੇ ਦਿਖਾਉਂਦੇ ਨੇ ਸਾਨੂੰ ਵੀ ਇੱਥੇ ਕੀ ਪਿਆ, ਉੱਥੇ ਕੀ ਹੈ। ਇੱਕ ਸੁਨਿਆਰਾ ਬੈਠਾ ਹੈ, ਉਹਦੇ ਕੋਲ ਇੱਕ ਭੱਠੀ ਜਲ ਰਹੀ ਹੈ, ਅੱਗ ਜਲ ਰਹੀ ਹੈ ਭੱਠੀ। ਉਸ ਅੱਗ ਨੂੰ ਤੇਜ਼ ਕਰਨ ਵਾਸਤੇ ਇੱਕ ਬਲੋਰ ਹੈ, ਜਿਵੇਂ ਆਪ ਤੁਸੀਂ ਦੇਖਦੇ ਹੋ ਇਹ ਸੜਕਾਂ ਦੇ ਕਿਨਾਰੇ, ਕਈ ਵਾਰੀ ਰਾਜਸਥਾਨ ਤੋਂ ਕਾਫਲੇ ਆਉਂਦੇ ਨੇ, ਲੋਹੇ ਦੇ ਲੁਹਾਰ ਜਿਹੜੇ ਨੇ ਕਬੀਲੇ ਪੁਰਾਣੇ, ਉਹ ਛੋਟੀਆਂ ਛੋਟੀਆਂ ਭੱਠੀਆਂ 'ਤੇ ਔਜ਼ਾਰ, ਛੋਟੇ ਛੋਟੇ ਤੁਹਾਡੇ ਹਥੌੜੀਆਂ ਵਗੈਰਾ ਬਣਾ ਕੇ ਦਿੰਦੇ ਨੇ। ਉਹ ਭੱਠੀ ਜਲਦੀ, ਨਾਲ ਇੱਕ ਟਿਊਬ ਰੱਖੀ ਹੁੰਦੀ ਉਹਨਾਂ ਨੇ, ਉਹਨੂੰ ਦਬਾਉਂਦੇ ਨੇ ਅੱਗ ਨੂੰ ਤੇਜ਼ ਕਰਨ ਵਾਸਤੇ। ਹਲਵਾਈਆਂ ਦੀ ਦੁਕਾਨ 'ਤੇ ਚੱਲੇ ਜਾਓ, ਉੱਥੇ ਇੱਕ ਪੱਖਾ ਲੱਗਾ ਹੁੰਦਾ, ਭੱਠੀ ਦੇ ਮਗਰ ਪੱਖਾ ਲਾਇਆ ਹੁੰਦਾ, ਇਹ ਅੱਗ ਨੂੰ ਤੇਜ਼ ਕਰਨ ਵਾਸਤੇ। ਸਾਡੀਆਂ ਮਾਵਾਂ ਅੰਗੀਠੀ ਬਾਲਦੀਆਂ ਸਨ, ਮੈਨੂੰ ਅੱਜ ਵੀ ਯਾਦ ਹੈ, ਪੱਖੀ ਨਾਲ ਅੱਗ ਤੇਜ਼ ਕਰਦੀਆਂ ਸਨ। ਇਹਨੂੰ ਕਹਿੰਦੇ ਨੇ ਬਲੋਅਰ, ਹਵਾ ਤੇਜ਼, ਹਵਾ ਕਰਕੇ ਅੱਗ ਨੂੰ ਤੇਜ਼ ਕਰਨਾ। ਗੁਰਦੇਵ ਕਹਿੰਦੇ ਨੇ, ਦੇਖ ਸੁਨਿਆਰੇ ਦੇ ਕੋਲ ਕੀ ਪਿਆ। ਇੱਕ ਸੁਨਿਆਰਾ ਆਪ ਹੈ, ਇੱਕ ਉਹਦੇ ਕੋਲ ਭੱਠੀ ਹੈ, ਇੱਕ ਉਸ ਅੱਗ ਨੂੰ ਤੇਜ਼ ਕਰਨ ਵਾਸਤੇ ਇੱਕ ਬਲੋਅਰ ਹੈ, ਫਿਰ ਹੋਰ ਕੀ ਹੈ, ਇੱਕ ਉਹਦੇ ਅੱਗੇ ਪਟਰਾ ਪਿਆ ਹੈ ਲੋਹੇ ਦਾ, ਜਿਹਦੇ 'ਤੇ ਰੱਖ ਕੇ ਉਹ ਹਥੌੜੀ ਨਾਲ ਸੋਨਾ ਗਿੱਲਾ ਕਰਕੇ, ਨਰਮ ਕਰਕੇ, ਅਤੇ ਫਿਰ ਉਹਨੂੰ ਘੜਦਾ ਹੈ, ਗਹਿਣੇ ਘੜਦਾ ਨਾ ਸੋਨਾ ਯਾਰ, ਅਤੇ ਹਥੌੜੀ ਨਾਲ ਘੜਦਾ ਬਰੀਕ ਬਰੀਕ। ਇੱਕ ਪਟਰਾ ਰੱਖਿਆ ਹੁੰਦਾ ਲੋਹੇ ਦਾ, ਉਹਦੇ ਨਾਲ ਉਹਦੇ ਹੱਥ 'ਚ ਹਥੌੜੀ ਪੜੀ ਹੈ, ਅਤੇ ਇੱਕ ਭਾਂਡਾ ਹੈ, ਕੁਠਾਲੀ ਜਿਹਨੂੰ ਕਹਿੰਦੇ ਨੇ, ਸੋਨਾ ਉਹਦੇ ਪਿਘਲਾਉਂਦਾ ਹੈ, ਸੋਨੇ ਨੂੰ ਸ਼ੁੱਧ ਕਰਨ ਵਾਸਤੇ ਕੁਠਾਲੀ 'ਚ ਪਾਉਂਦਾ, ਸੋਨਾ ਸ਼ੁੱਧ ਕਰਦਾ ਹੈ। ਪਾਤਸ਼ਾਹ ਕਹਿੰਦੇ ਨੇ, ਹੁਣ ਤੂੰ ਵੀ ਇਹ 6-7 ਚੀਜ਼ਾਂ ਇਕੱਠੀਆਂ ਕਰ। ਪਿਆਰ ਨਾਲ ਆਖੋ ਸਤਨਾਮ। ਕੀ ਦੱਸ ਰਹੇ ਨੇ ਗੁਰਦੇਵ, ਪੌੜੀ ਪੜ੍ਹੀਏ ਪਿਆਰ ਨਾਲ। ਜਤ ਪਹਾਰਾ, ਪਹਾਰਾ ਕਹਿੰਦੇ ਨੇ ਭੱਠੀ ਨੂੰ, ਫਰਨੇਸ ਕਹਿੰਦੇ, ਉਹਦੇ ਕੋਲ ਭੱਠੀ ਹੈ, ਤੂੰ ਨੇਕ ਆਚਰਣ ਦੀ ਭੱਠੀ ਬਣਾ। ਜਤ, ਜਤ ਭਾਵ ਵਿਕਾਰਾਂ ਰਹਿਤ ਜੀਵਨ, ਨੇਕ ਆਚਰਨ, ਸਟੇ ਅਵੇ ਫਰੋਮ 5 ਵਾਈਸਿਸ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਦੂਰ ਰਹਿ ਕੇ ਜੀਵਨ ਉੱਚੇ ਚੁੱਕਣਾ ਨੇਕ ਆਚਰਨ ਦੀ। ਗੁਰਦੇਵ ਦੇ ਘਰ ਆਚਰਨ ਦੀ ਬੜੀ ਕੀਮਤ ਹੈ। ਸੱਚੋਂ ਉਰੇ, ਪੜ੍ਹੋ ਪਿਆਰ ਨਾਲ, ਸੱਚੋਂ ਉਰੇ ਸਭ ਕੋ ਉਪਰ ਸੱਚ ਆਚਾਰ, ਟਰੂਥ ਇਜ਼ ਹਾਈਐਸਟ, ਸਟਿਲ ਹਾਇਰ ਇਜ਼ ਟਰੂਥਫੁੱਲ ਲਿਵਿੰਗ। ਸੱਚ ਆਚਰਨ, ਉੱਥੇ ਅਮਲਾਂ ਦੇ ਹੋਣਗੇ ਨਿਬੇੜੇ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ
ਕਿ ਮੁਸਲਮਨੋਈ ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਸਰਬ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਅਸੀਂ ਲੜਦੇ ਹਾਂ 300 ਧਰਮ ਨੇ ਦੁਨੀਆਂ 'ਤੇ, 300 ਤੋਂ ਵੀ ਵੱਧ ਹੋ ਗਏ ਨੇ ਹੁਣ ਤੇ। ਜੇ ਜੇ ਤਨਿਕ ਸਿੱਧ ਕੋ ਪਾਇਓ ਤੋ ਤੇ ਆਪਣਾ ਪੰਥ ਚਲਾਇਓ, ਥੋੜ੍ਹੀ ਜਿਹੀ ਸਿੱਧੀਆਂ ਆਈਆਂ ਅਤੇ ਬਸ ਆਪਣੇ ਮਗਰ ਪਬਲਿਕ ਲਾ ਲਈ ਵੀ ਮੈਂ ਤਾਂ ਗੁਰੂ ਹਾਂ, ਮੈਂ ਤਾਂ ਪੈਗੰਬਰ ਹਾਂ। ਕਿੰਨੇ ਦਾਅਵੇ ਬੰਦੇ ਨੇ ਰੱਬ ਹੋਣ ਦੇ, ਰੱਬ ਤਾਂ ਇੱਕ ਹੀ ਹੈ, ਬੈਠੇ ਨਾ ਤੱਤੀ ਤਵੀ 'ਤੇ ਫਿਰ ਪਤਾ ਲੱਗੇ ਕੌਣ ਗੁਰੂ ਹੈ। ਕੋਈ ਚਲਵਾਵੇ ਨਾ ਸੀਸ 'ਤੇ ਯਾਰਾ, ਕੋਈ ਦੂਜੇ ਧਰਮ ਲਈ ਆਪਣੇ ਸੀਸ ਨੂੰ ਬਲੀਦਾਨ ਕਰ ਦੇ ਨਾ, ਫਿਰ ਤਾਂ ਪਤਾ ਲੱਗੇ ਕੋਈ ਗੁਰੂ ਹੈ। ਕੋਈ ਆਪਣੇ ਬੱਚਿਆਂ ਨੂੰ ਕਰਾਏ ਨਾ ਸ਼ਹੀਦ, ਇਹ ਦਾਅਵੇ ਤਾਂ ਬੰਨਣ ਵਾਲੇ ਬਹੁਤ ਨੇ ਪਿਆਰੀ ਸਾਸ। ਗੁਰਦੇਵ ਨੇ ਧਰਮਾਂ ਦੇ ਝਗੜੇ ਨਿਪਟਾ ਦਿੱਤੇ, ਕਹਿੰਦੇ ਸਭ ਧਰਮ ਹੀ ਚੰਗੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਦੇਹੋ ਰਾਮ ਮਸੀਤ ਸੋਈ ਪੂਜਾ ਔਰ ਨਿਮਾਜ ਹੋਈ, ਮਾਨਸ ਸਭੇ ਏਕ ਪੇ ਅਨੇਕ ਕੋ ਪ੍ਰਭਾਵ ਹੈ, ਦੇਵਤਾ ਅਦੇਵ ਜਚ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ਼ਨ ਕੇ ਭੇਸ ਕੋ ਪ੍ਰਭਾਵ ਹੈ, ਏਕੇ ਨੈਨ ਏਕੇ ਕਾਨ ਏਕੇ ਦੇਹ ਏਕੇ ਬਾਨ, ਖਾਕ ਬਾਦ ਆਤਿਸ਼ ਓ ਆਪ ਕੋ ਰਲਾਓ ਹੈ, ਅੱਲਾ ਅਭੇਕ ਸੋਈ ਪੁਰਾਨ ਓ ਕੁਰਾਨ ਹੋਈ, ਏਕ ਹੀ ਸਰੂਪ ਸਭੇ ਏਕ ਹੀ ਬਨਾਓ ਹੈ, ਮਾਨਸ ਕੀ ਜਾਤ ਸਭ ਏਕ ਪਹਿਚਾਨ, ਇੱਕ ਇੱਕ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਨੇਕ ਆਚਰਨ ਮਿਟਾ ਦਿੱਤੇ ਸਭ ਝਗੜੇ। ਗੁਰਦੇਵ ਨੇ ਬਾਣੀ ਵਿੱਚ ਦੱਸ ਦਿੱਤਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਤੇਰਾ ਆਚਰਨ ਨਿਰਮਲ ਹੋਵੇ, ਤੇਰੇ ਜੇਬਾਂ 'ਤੇ ਹੋਵੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਸਭ ਤੋਂ ਉੱਚਾ ਧਰਮ, ਆਚਰਨ ਨਿਰਮਲ ਅਤੇ ਜੇਬਾਂ 'ਤੇ ਪ੍ਰੀਤਮ ਦਾ ਨਾਮ ਹੋਵੇ, ਉਹ ਸਭ ਤੋਂ ਵੱਡਾ ਹੈ। ਸਰਬ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆਚਰਨ। ਗੁਰਦੇਵ ਕਹਿੰਦਾ ਨੇਕ ਆਚਰਨ ਦੀ ਭੱਠੀ ਬਣਾ ਜੱਤ ਪਹਾਰਾ। ਅਤੇ ਹੁਣ ਦੂਜੀ ਚੀਜ਼ ਹੈ, ਸੁਨਿਆਰ ਬੈਠਾ ਹੈ ਭੱਠੀ ਦੇ ਕੋਲ, ਤੂੰ ਇੱਥੇ ਸੁਨਿਆਰੇ ਦੀ ਥਾਂ 'ਤੇ ਆਪਣੇ ਧੀਰਜ ਨੂੰ, ਪੇਸ਼ੈਂਸ ਨੂੰ, ਸੰਤੋਖ ਨੂੰ ਰੱਖ, ਧੀਰਜ ਰੱਖ, ਕਾਲਾ ਨਾ ਪਾਓ। ਮੈਂ ਜੀ ਇੰਨੇ ਸਾਲ ਹੋ ਗਏ ਗੁਰਦੁਆਰੇ ਆਉਂਦੇ, ਮੇਰਾ ਕੰਮ ਹੀ ਨਹੀਂ ਬਣਿਆ। ਇੰਨੇ ਸਾਲ ਹੋ ਗਏ ਕੀਰਤਨ ਕਰਦੇ ਆ, ਮੇਰਾ ਕੰਮ ਹੀ ਨਹੀਂ ਬਣਿਆ। ਇੰਨੀ ਸੇਵਾ ਕੀਤੀ, ਇੰਨੇ ਪਾਠ ਕੀਤੇ, ਸਾਡੇ ਘਰ ਤੋਂ ਗਰੀਬੀ ਨਹੀਂ ਗਈ। ਇਹ ਨਾ ਕਾਲਾ ਨਾ ਪਾਓ। ਅਸੀਂ ਉਹ ਦੇਖਦੇ ਹਾਂ ਜੋ ਸਾਨੂੰ ਨਹੀਂ ਮਿਲਿਆ, ਅਤੇ ਗੁਰਦੇਵ ਦਾ ਤਾਂ ਪਹਿਲਾ ਹੀ ਬਚਨ ਹੈ, ਸੰਤੋਖ ਧਾਰਨ ਕਰ, ਜੋ ਮਿਲਿਆ ਉਹਦਾ ਸ਼ੁਕਰਾਨਾ ਕਰ, ਜੋ ਨਹੀਂ ਮਿਲਿਆ ਉਹਦਾ ਸ਼ਿਕਵਾ ਨਾ ਕਰ, ਮਿਲੇਗਾ ਅਰਦਾਸ ਕਰ, ਜੋ ਨਹੀਂ ਮਿਲਿਆ ਉਹਦੇ ਲਈ ਅਰਦਾਸ ਕਰ, ਉਹਦੀ ਉਲਾਂਭਾ ਨਾ ਦੇ ਗੁਰੂ ਨੂੰ ਕਿ ਮੈਨੂੰ ਕਿਉਂ ਨਹੀਂ ਮਿਲਿਆ, ਕਿਉਂ ਨਹੀਂ ਮਿਲਿਆ। ਇਹ ਨਾ ਕਹਿ ਜਿੰਨਾ ਕੁਝ ਮਿਲਿਆ ਉਹ ਤਾਂ ਸੰਭਾਲ ਹੈ, ਮੈਨੂੰ ਪੁੱਤਰ ਨਹੀਂ ਮਿਲਿਆ, ਜੇ ਗੁਰੂ ਨੇ ਨਹੀਂ ਦਿੱਤਾ ਤਾਂ ਕੋਈ ਕਾਰਨ ਹੋਏਗਾ, ਅਰਦਾਸ ਕਰ ਕਿ ਮੈਨੂੰ ਮਿਲੇ, ਪਰ ਸ਼ਿਕਵਾ ਨਾ ਕਰ। ਬੱਚਾ ਜੋ ਕੁਝ ਮੰਗਦਾ ਦੇ ਦਿੰਦੇ ਹੋ, ਸਭ ਕੁਝ ਸਰਦੀਆਂ 'ਚ ਆਈਸਕ੍ਰੀਮ ਮੰਗਦਾ ਦੇ ਦਿੰਦੇ ਹੋ, ਜਦੋਂ ਨਹੀਂ ਮਿਲਦਾ ਦੋ ਹੀ ਕਾਰਨ ਨੇ ਪਿਆਰੀ ਸਾਧ ਸੰਗਤ, ਜਾਂ ਤਾਂ ਅਸੀਂ ਉਸ ਚੀਜ਼ ਨੂੰ ਸੰਭਾਲਣ ਦੇ ਕਾਬਲ ਨਹੀਂ, ਅਤੇ ਜਾਂ ਉਹ ਚੀਜ਼ ਸਾਡੇ ਵਾਸਤੇ ਯੋਗ ਨਹੀਂ ਹੈ। ਪੁੱਤਰ ਤਾਂ ਮੰਗ ਲਿਆ, ਜੇ ਪੁੱਤਰ ਨਲਾਇਕ ਨਿਕਲ ਆਇਆ, ਮਾੜੇ ਪਾਸੇ ਚੱਲ ਪਿਆ, ਤਾਂ ਫਿਰ ਸਾਰੀ ਜ਼ਿੰਦਗੀ ਪਛਤਾਵਾ ਹੀ ਲਓਗੇ ਨਾ। ਕਹਿੰਦੇ ਨੇ ਇਹੋ ਜੀ, ਕਈ ਵਾਰੀ ਕਹਿ ਦਿੰਦੇ ਨਾ ਕਲਪ ਕੇ, ਇਹੋ ਜਿਹੀ ਔਲਾਦ ਨਾਲੋਂ ਤਾਂ ਔਲਾਦ ਨਾ ਹੋਣੀ ਚੰਗੀ, ਕਹਿ ਦਿੰਦੇ ਹਾਂ ਨਾ। ਕਿਉਂ ਕਹਿੰਦੇ? ਕਈ ਵਾਰੀ ਸੁੱਖ ਵੀ ਦੁੱਖ ਦਾ ਕਾਰਨ ਬਣ ਜਾਂਦਾ ਹੈ। ਪਾਤਸ਼ਾਹ ਕਹਿੰਦੇ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤੇ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ, ਨਗਨ ਫਿਰਤ ਰੰਗ ਏਕ ਕੇ ਉਹ ਸ਼ੋਭਾ ਪਾਏ, ਪਾਠ ਪਟੰਬਰ ਬਿਰਥੀਆਂ ਜਿਤ ਰਚ ਲੋਭਾਏ। ਕਿ ਇਹ ਨਾ ਹੋਵੇ ਗਰਨਾਈਟ ਦੇ ਘਰ ਬਣ ਜਾਣ ਅਤੇ ਸਾਰਾ ਦਿਨ ਕੱਪੜਾ ਲੈ ਕੇ ਗਰਨਾਈਟ ਹੀ ਪੂੰਝਦੇ ਰਹਿ ਜਾਈਏ, ਗੁਰਦੁਆਰੇ ਆਉਣ ਦਾ ਟਾਈਮ ਹੀ ਨਾ ਰਹੇ, ਪਿਆਰ ਨਾਲ ਆਖੋ ਸਤਨਾਮ, ਉਹ ਨਾ ਹੋ ਜਾਏ। ਭਲੀ ਸੁਹਾਵੀ ਛਾਪਰੀ, ਝੁੱਗੀ ਚੰਗੀ ਜਿੱਥੇ ਬਹਿ ਕੇ ਈਸ਼ਵਰ ਯਾਦ 'ਤੇ ਆਉਂਦਾ ਹੈ ਨਾ, ਪੇਸ਼ੈਂਸ। ਬੜੀ ਪਿਆਰੀ ਸਾਖੀ ਸੁਣਾਉਂਦੇ ਨੇ ਮਹਾਂਪੁਰਸ਼, ਇੱਕ ਤਪਸਵੀ ਬੈਠਾ ਇੱਕ ਸ਼ਿਲਾ ਦੇ ਉੱਤੇ, ਚੱਟਾਨ ਦੇ ਉੱਤੇ ਬੈਠ ਕੇ ਬੜਾ ਤਪ ਕੀਤਾ, ਪਰਮੇਸ਼ੁਰ ਪ੍ਰਗਟ ਹੋ ਗਿਆ। ਕਹਿੰਦਾ ਮੰਗ ਉਹ ਭਲਿਆ, ਮੰਗ ਕੀ ਮੰਗਣਾ?
ਕਹਿੰਦਾ ਮਹਾਰਾਜ ਮੇਰੇ ਤਪ ਦਾ ਫਲ ਦੇ ਦਿਓ। ਉਹ ਕਹਿੰਦਾ ਤਪ ਦਾ ਫਲ ਦੇ ਦੇ, ਉਹ ਤੂੰ ਜੀ ਮੰਗ ਲਿਆ ਕੀ ਚਾਹੀਦਾ ਸੀ, ਗੁਰੂ ਪਰਮਾਤਮਾ ਖੁਸ਼ ਹੈ ਤੇਰੇ 'ਤੇ, ਮੰਗ ਤਾਂ ਸਹੀ। ਕਹਿੰਦਾ ਨਹੀਂ ਬਸ ਮੈਨੂੰ ਫਲ ਦੇ ਦਿਓ, ਮੈਂ ਜਿੰਨੀ ਤਪੱਸਿਆ ਕੀਤੀ ਹੈ ਇਹ ਤਾਂ ਮੈਨੂੰ ਫਲ ਮਿਲ ਜਾਏ। ਅਹੰਕਾਰ ਜਾ ਗਿਆ ਨਾ। ਪਾਤਸ਼ਾਹ ਕਹਿੰਦਾ, ਪਰਮੇਸ਼ਰ ਕਹਿੰਦਾ, ਪੱਕੀ ਗੱਲ ਹੈ ਤੈਨੂੰ ਫਲ ਚਾਹੀਦਾ, ਬਖਸ਼ਿਸ਼ ਨਹੀਂ ਚਾਹੀਦੀ। ਕਹਿੰਦਾ ਜੀ ਮੈਨੂੰ ਫਲ ਹੀ ਦੇ ਦਿਓ, ਬਸ ਇੰਨਾ ਮੈਂ ਤਪ ਕੀਤਾ। ਕਹਿੰਦਾ ਦੱਸ ਕਿੰਨੇ ਸਾਲ ਤਪ ਕੀਤਾ? ਕਹਿੰਦਾ ਜੀ 12 ਸਾਲ ਹੋ ਗਏ ਨੇ ਸ਼ਿਲਾ 'ਤੇ ਬਹਿ ਕੇ ਤਪ ਕਰਦੇ ਹਾਂ। ਕਹਿੰਦਾ ਠਹਿਰ ਜਾ, ਫਿਰ ਉਹਨਾਂ 'ਤੇ ਹਿਸਾਬ ਦੀ ਗੱਲ ਆ ਗਈ ਨਾ, ਇਨਸਾਫ ਕਰਨਾ ਨਾ, ਹਿਸਾਬ ਕਰਨਾ ਹੈ। ਹਿਸਾਬ 'ਤੇ ਪਾਈ ਪਾਈ ਦਾ ਹੁੰਦਾ ਪਿਆਰੀ ਸਾਧ ਸੰਗਤ, ਬਖਸ਼ਿਸ਼ 'ਤੇ ਕਰੋੜਾਂ ਦੀ ਹੋ ਜਾਂਦੀ ਹੈ, ਲੇਖਾ 'ਤੇ ਇੱਕ ਇੱਕ ਰੁਪਏ ਦਾ ਹੁੰਦਾ ਪਿਆਰ ਨਾਲ। ਆਖੋ ਸਤਨਾਮ ਦੇਣ ਵੇਲੇ ਵਿਅਕਤੀ ਕਾਮ ਇਨਸਾਨ ਵੀ ਕਿਤੇ 10,000 ਦੇ ਦਿੰਦਾ, ਪਰ ਜਿਸ ਵੇਲੇ ਸੌਦਾ ਵੇਚਦਾ ਇੱਕ 10 ਦਾ ਨੋਟ ਫਟਿਆ ਹੋਵੇ ਤਾਂ ਉਹ ਵੀ ਕਹਿੰਦਾ ਬਦਲ ਕੇ ਦੇ, 10 ਦਾ ਨੋਟ ਫਟਿਆ ਹੈ। ਹਿਸਾਬ ਹੈ ਨਾ, ਹਿਸਾਬ ਦੀ ਗੱਲ ਹੈ। ਭਾਈ ਨਾ ਛੋੜੇ ਪਾ ਅਤੇ ਪਾ ਨਾ ਛੋੜੇ ਇੱਕ ਸਿਰਸਾ। ਬਖਸ਼ਿਸ਼ ਕਰੋੜਾਂ ਦੀ ਹੋ ਸਕਦੀ ਹੈ, ਅਰਬਾਂ ਦੀ ਹੋ ਸਕਦੀ ਹੈ, ਲੇਖਾ 'ਤੇ ਇੱਕ ਇੱਕ ਰੁਪਏ ਦਾ ਵਿਵਹਾਰ ਦੀ ਗੱਲ ਆ ਗਈ ਨਾ। ਪਰਮੇਸ਼ਰ ਕਹਿੰਦਾ ਅੱਛਾ ਭਾਈ ਤੇਰੇ ਤਪ ਦਾ ਫਲ ਹੀ ਦਿੰਦੇ ਹਾਂ, ਪਰ ਜੇ ਮੈਨੂੰ ਇਨਸਾਫ ਕਰਨਾ ਹੈ ਤਾਂ ਕਿੱਥੇ ਬਹਿ ਕੇ ਤਪ ਕੀਤਾ? ਕਹਿੰਦਾ ਇਸ ਪੱਥਰ 'ਤੇ। ਕਹਿੰਦਾ ਪੱਥਰ ਨੂੰ ਵੀ ਤਾਂ ਪੁੱਛੀਏ ਨਾ, ਤੂੰ ਵੀ ਤਾਂ ਨਾਲ ਹੀ ਬੈਠਾ ਸੈਂ, ਤੈਨੂੰ ਕੀ ਚਾਹੀਦਾ? ਉਹ ਪੱਥਰ ਬੋਲਿਆ, ਮਹਾਰਾਜ ਜਿੰਨੇ ਸਾਲ ਇਹਨੇ ਮੇਰੇ 'ਤੇ ਬਹਿ ਕੇ ਤਪ ਕੀਤਾ, ਇੰਨੇ ਸਾਲਾਂ ਨੂੰ ਕਹੋ ਕਿ ਮੈਨੂੰ ਆਪਣੇ ਸਿਰ 'ਤੇ ਰੱਖੇ ਅਤੇ ਮੈਂ ਤਪ ਕਰਾਂ। ਪਿਆਰ ਨਾਲ ਆਖੋ ਸਤਨਾਮ। ਕਿਹੜਾ ਲੇਖਾ ਮੰਗਾਂਗੇ ਅਸੀਂ? ਉਹ ਦੇਖ, ਹੌਸਲਾ ਰੱਖ, ਧੀਰਜ ਰੱਖ, ਕੱਲ ਆਉਣਾ ਭੋਗ ਮਿਲੇਗਾ, ਮਿਲੇਗਾ। ਔਰ ਕਿਵੇਂ ਮਿਲਦਾ ਹੈ, ਕਿਵੇਂ ਮਿਲਦਾ ਹੈ? ਇੱਕ ਤਪੱਸਵੀ, ਹੋਰ ਤਪੱਸਵੀ, ਸੰਤੋਖੀ ਤਪੱਸਵੀ ਇੱਕ ਪੇੜ ਦੇ ਥੱਲੇ ਬੈਠਾ ਤਪ ਕਰ ਰਿਹਾ, ਮੇਰਾ ਪਰਮਾਤਮਾ ਮੈਨੂੰ ਮਿਲ ਜਾਏ ਅਤੇ ਕੋਈ ਜੁੜੀ ਹੋਈ ਰੂਹ ਉਹਦੇ ਪਾਸ ਆਈ, ਜਿਹਦੀ ਪਹੁੰਚ ਸੀ ਤੁਰਦਰਗਾਹੇ ਪਹੁੰਚ ਸੀ। ਉਹਨੇ ਸੁਣੀ ਗੱਲ, ਕਹਿੰਦਾ ਬੜਾ ਤਪ ਕੀਤਾ ਜੀ, ਦੱਸ ਕੀ ਚਾਹੁੰਦਾ? ਕਹਿੰਦਾ ਤੁਹਾਡੀ ਪਹੁੰਚ ਹੈ ਤੁਰਦਰਗਾਹੇ, ਮੈਂ ਆਪਣੇ ਪ੍ਰੀਤਮ ਦੇ ਦਰਸ਼ਨ ਕਰਨਾ ਚਾਹੁੰਦਾ, ਮੈਨੂੰ ਦਰਸ਼ਨ ਕਰਾ ਦਿਓ। ਪਿਆਰ ਨਾਲ ਆਖੋ ਸਤਨਾਮ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਰੇ, ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਏ। ਜਿਸ ਜਨ ਕੋ, ਪੜੋ ਪਿਆਰ ਨਾਲ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲਬਲ ਜਾਸਾ। ਜਿਹਨੂੰ ਕੇਵਲ ਤੇ ਕੇਵਲ ਪ੍ਰੀਤਮ ਚਾਹੀਦਾ ਹੈ, ਕਹਿੰਦਾ ਮੈਨੂੰ ਤਾਂ ਉਹਦੇ ਦੀਦਾਰ ਚਾਹੀਦੇ ਨੇ, ਬਸ ਇੱਕ ਕਿਰਪਾ ਕਰੋ, ਮੈਨੂੰ ਉਹਦੇ ਦੀਦਾਰ ਕਰਾ ਦਿਓ। ਉਹ ਮਹਾਂਪੁਰਸ਼ ਕਹਿਣ ਲੱਗੇ, ਭਾਈ ਕਰਾਂਗੇ ਅਰਦਾਸ ਜਦੋਂ ਉਹਦੀ ਕਿਰਪਾ ਹੋ ਜਾਏ। ਬਿਰਤੀ ਜੋੜੀ ਤੁਰਦਰ ਗਾਏ, ਪਰਮੇਸ਼ਰ ਨੂੰ ਕਿਹਾ ਤੇਰਾ ਭਗਤ ਤੜਪਦਾ ਪਿਆ ਹੀ ਦਰਸ਼ਨ ਦੇ। ਅੱਗੋਂ ਆਵਾਜ਼ ਆਈ, ਭਾਈ ਇਹਨੂੰ ਕਹਿ ਦੇ ਅਜੇ ਦਰਸ਼ਨ ਨਹੀਂ ਹੋਣਗੇ, ਭਾਈ ਕਦੋਂ ਹੋਣਗੇ? ਇਹ ਪੇੜ ਦੇ ਥੱਲੇ ਬੈਠਾ ਤਪ ਕਰਦਾ, ਜਿਤਨੇ ਪੱਤੇ ਇਸ ਪੇੜ ਦੇ ਹੈ ਨੇ, ਇਤਨੇ ਜਨਮ ਹੋਰ ਲੈ ਲਏਗਾ ਤਾਂ ਦਰਸ਼ਨ ਹੋਣਗੇ। ਪਿਆਰ ਨਾਲ ਆਖੋ ਸਤਨਾਮ। ਜਿਤਨੇ ਪੇੜ ਦੇ ਪੱਤੇ, ਸੰਤਾਂ ਨੇ ਸੋਚਿਆ ਭਾਈ ਪੇੜ ਦੇ ਪੱਤੇ, ਇੱਥੇ ਉਂਝ ਹੀ ਮਰ ਜੂਗਾ ਜਿਹੜਾ ਅੱਜ ਹੀ ਤੜਪਦਾ ਪਿਆ, ਮੈਨੂੰ ਦਰਸ਼ਨ ਹੋ ਜਾਣ। ਕੋਈ ਇੱਕ ਜਨਮ ਇੱਕ ਸਾਲ ਨਹੀਂ ਵੇਟ ਕਰ ਸਕਦਾ, ਕੋਈ 2 ਸਾਲ ਨਹੀਂ ਇੰਤਜ਼ਾਰ ਕਰ ਸਕਦਾ, ਇੱਕ ਜਨਮ ਇੰਤਜ਼ਾਰ ਤਾਂ ਬਹੁਤ ਵੱਡੀ ਗੱਲ ਹੈ, ਅਤੇ ਇਤਨੇ ਜਨਮ, ਲੱਖਾਂ ਪੇੜ ਦੇ ਪੱਤੇ, ਇਤਨੇ ਜਨਮ ਹੋਰ ਲੈ ਲਓ। ਪਰ ਉਹ ਪਿਆਰ ਵਾਲੇ ਨੇ ਫਿਰ ਕਿਤੇ ਸਾਧੂ ਨੂੰ ਫੜ ਲਿਆ, ਕਹਿੰਦਾ ਮਹਾਰਾਜ ਤੁਹਾਡੀ ਮੇਰੀ ਗੱਲ ਹੋਈ ਸੀ, ਤੁਸੀਂ ਮੇਰੀ ਬੇਨਤੀ ਪਹੁੰਚਾਈ ਆਪਣੇ ਪਰਮਾਤਮਾ ਦੇ ਦਰ 'ਤੇ, ਤੁਹਾਡੀ 'ਤੇ ਪਹੁੰਚ ਹੈ ਤੁਰਦਰਗਾਹ, ਤੁਹਾਡੀ 'ਤੇ ਬਿਰਤੀ ਜੁੜੀ ਹੈ, ਤੁਸੀਂ ਬਖਸ਼ੇ ਹੋਇਓ, ਮੇਰੇ ਲਈ ਅਰਦਾਸ ਕੀਤੀ ਜੇ। ਉਹ ਕਹਿਣ ਲੱਗੇ, ਭਲਿਆ ਤੇਰੇ ਲਈ ਅਰਦਾਸ ਤਾਂ ਕੀਤੀ ਹੈ, ਪਰ ਜਵਾਬ ਬੜਾ ਕਰੜਾ ਹੈ। ਕਹਿੰਦਾ ਅੱਛਾ, ਤੁਸੀਂ ਅਰਦਾਸ ਕੀਤੀ, ਤੁਹਾਡੀ ਗੱਲ ਹੋਈ ਮੇਰੇ ਮਾਲਕ ਨਾਲ? ਕਹਿੰਦੇ ਜੀ ਹੋਈ। ਕਹਿੰਦੇ ਧੰਨ ਹੋ ਜੀ, ਮੇਰੀ ਗੱਲ ਤਾਂ ਕੀਤੀ, ਉਹ ਮੇਰੇ ਪਰਮੇਸ਼ਰ ਨੇ ਸੁਣੀ ਮੇਰੀ ਗੱਲ, ਮੇਰੀ ਬਾਤ ਸੁਣੀ, ਬੜਾ ਤੜਪ ਰਿਹਾ, ਬੜਾ ਉਛਲ ਰਿਹਾ, ਮੇਰੇ ਪਰਮੇਸ਼ਰ ਨੇ ਮੇਰੀ ਗੱਲ ਸੁਣੀ। ਕਹਿੰਦੇ ਹਾਂ ਸੁਣੀ। ਕਹਿੰਦਾ ਕੀ ਜਵਾਬ ਦਿੱਤਾ? ਕਹਿੰਦਾ ਰਹਿਣ ਦੇ, ਨਹੀਂ ਸੁਣ ਸਕੇਗਾ। ਉਹ ਕਹਿੰਦਾ ਮੁਬਾਰਕ ਹੈ ਜਿਸ ਮੂੰਹ ਨਾਲ ਤੁਸੀਂ ਅਰਦਾਸ ਕੀਤੀ, ਮੁਬਾਰਕ ਹੈ ਮੇਰੇ ਪਰਮੇਸ਼ਰ ਦੇ ਹੋਠਾਂ 'ਤੇ ਮੇਰਾ ਨਾਂ 'ਤੇ ਆਇਆ, ਮੇਰੇ ਇਸ਼ਟ ਨੇ ਮੇਰਾ ਨਾਂ 'ਤੇ ਲਿਆ ਨਾ, ਮੈਨੂੰ ਇਹਦੇ 'ਚ ਹੀ ਆਨੰਦ ਹੈ, ਪਰ ਮੈਨੂੰ ਹੁਣ ਦੱਸੋ ਉਹਨਾਂ ਨੇ ਕੀ ਕਿਹਾ। ਉਹ ਕਹਿਣ ਲੱਗਾ, ਫਿਰ ਸੁਣ, ਹੌਸਲਾ ਕਰ,
ਜਿਤਨੇ ਪੱਤੇ ਨੇ ਇਤਨੇ ਜਨਮ ਹੋਰ ਲਏਗਾ ਅਤੇ ਤਾਂ ਦਰਸ਼ਨ ਹੋਣਗੇ। ਪਿਆਰ ਨਾਲ ਆਖੋ ਸਤਨਾਮ। ਉਹ ਭਗਤ ਉਛਲ ਪਿਆ, ਨੱਚਣ ਲੱਗ ਗਿਆ, ਕਹਿੰਦਾ ਧਨ ਹੋ ਜੀ, ਧਨ ਹੋ ਜੀ। ਉਹ ਮੇਰੇ ਮਾਲਕ ਨੇ ਕੋਈ ਤਰੀਕ ਤਾਂ ਪਾਈ ਹੈ ਕਦੋਂ ਜਨਰੇਸ਼ਨ ਹੋਣਗੇ। ਪਤਾ ਨਹੀਂ ਕਰੋੜਾਂ ਜਨਮ ਬੀਤ ਗਏ ਨੇ, ਕਈ ਜਨਮ ਭੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬਿਰਖ ਜੋਇਓ। ਫਿਰਤ ਫਿਰਤ ਪ੍ਰਭ ਆਇਆ, ਪੜੋ ਪਿਆਰ ਨਾਲ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕੋਟ ਜਨਮ ਵਿਛੜੇ ਥੇ ਮਾਧੋ, ਕਰੋੜਾਂ ਜਨਮ ਹੋ ਗਏ ਨੇ ਵਿਛੜਿਆ, ਇਹ ਜਨਮ ਤੁਹਾਰੇ ਲੇਖੇ। ਵਾਹਿਗੁਰੂ ਬੜੀ ਬਖਸ਼ਿਸ਼ ਕੀਤੀ ਆ, ਕੋਈ ਤਰੀਕ ਤੇ ਪਾ ਦਿੱਤੀ ਆ, ਦੀਦਾਰ ਤੇ ਹੋਣਗੇ ਨਾ, ਕੋਈ ਨੀ, ਪਤਾ ਨੀ ਕਿਤਨੇ ਜਨਮ ਬੀਤ ਗਏ ਨੇ। ਇਹ ਤੇ ਪੇੜ ਦੇ ਪੱਤੇ ਗਿਣਤੀ ਤੇ ਹੈ ਨਾ, ਇਹ ਗਿਣਤੀ ਮੁੱਕੇਗੀ ਤੇ ਮੈਨੂੰ ਦਰਸ਼ਨ ਹੋ ਜਾਣਗੇ। ਨੱਚਣ ਲੱਗ ਗਿਆ ਤੇ ਜਦੋਂ ਸਾਧੂ ਨੇ ਦੇਖਿਆ ਨੱਚਦਿਆਂ, ਉਹਦੀ ਬਿਰਤੀ ਅਕਾਲ ਪੁਰਖ ਦੇ ਚਰਨਾਂ 'ਚ ਗਈ, ਕਹਿੰਦਾ ਧੰਨ ਹੈ ਤੂੰ ਤਰੀਕ ਪਾਉਣ ਵਾਲਾ, ਅਤੇ ਧੰਨ ਹੈ ਤੇਰਾ ਭਗਤ ਨੱਚਣ ਵਾਲਾ। ਕਹਿੰਦਾ ਬੜੀ ਵਧੀਆ ਹੋ ਗਈ, ਤਰੀਕ ਪੈ ਗਈ। ਅਤੇ ਪਰਮੇਸ਼ਰ ਕਹਿੰਦਾ ਐਸੇ ਭਗਤ ਦੇ ਦਰਸ਼ਨ ਤਾਂ ਹੁਣ ਮੈਨੂੰ ਕਰਾ ਦੇ। ਪਿਆਰ ਨਾਲ ਆਖੋ ਸਤਨਾਮ। ਹੁਣ ਪਰਮੇਸ਼ਰ ਉਸ ਭਗਤ ਦੇ ਦਰਸ਼ਨ ਕਰਨ ਆ ਰਿਹਾ ਹੈ। ਜਤ ਪਹਾਰਾ ਧੀਰਜ ਸੁਨਿਆਰ, ਹੌਸਲਾ ਰੱਖ, ਉਹ ਸੁਣਦਾ ਹੈ, ਸਭ ਦੀ ਸੁਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣ, ਧੀਰਜ ਰੱਖ। ਜਤ ਪਹਾਰਾ ਸੁਨਿਆਰੇ ਦੀ ਥਾਂ ਆਪਣਾ ਹੌਸਲਾ, ਆਪਣੀ ਪੇਸ਼ੈਂਸ, ਆਪਣੇ ਸੰਤੋਖ ਨੂੰ ਰੱਖ। ਐਹਰਣ ਮਤ, ਅਤੇ ਹੁਣ ਅੱਗੇ ਜਿਹੜਾ ਲੋਹੇ ਦਾ ਪਟਰ ਹੈ ਉਹਨੂੰ ਕਹਿੰਦੇ ਨੇ ਐਹਰਣ, ਐਨਵਿਲ, ਇੰਗਲਿਸ਼ 'ਚ ਕਹਿੰਦੇ ਆ ਐਨਵਿਲ, ਪੰਜਾਬੀ 'ਚ ਕਹਿੰਦੇ ਆ ਐਹਰਣ। ਬਾਣੀ 'ਚ ਆਉਂਦੀ ਨਾ ਪੰਕਤੀ, ਹਸਤੀ ਸਿਰ ਜਿਉਂ ਅੰਕੁਸ਼ ਹੈ, ਐਹਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਰ। ਜਿਵੇਂ ਹਾਥੀ, ਐਡੇ ਵੱਡੇ ਹਾਥੀ ਨੇ ਆਪਣੇ ਮਾਲਕ ਮਹਾਵਤ ਦੇ ਇੱਕ ਛੋਟੇ ਜਿਹੀ ਅੰਕੁਸ਼ਾ ਦੇ ਖੰਜਰ ਜਿਹਾ, ਛੋਟਾ ਜਿਹਾ ਇੰਨਾ ਕੁ, ਉਹਦੇ ਅੱਗੇ ਆਪਣਾ ਆਪਾ ਦੇ ਦਿੱਤਾ ਹੈ ਵੀ ਜਿੱਧਰ ਮੇਰਾ ਮਾਲਕ ਇਸ਼ਾਰਾ ਕਰੇ, ਚੋਬੀ ਦੇਵੇ, ਉੱਧਰ ਮੈਂ ਤੁਰਨਾ ਹੈ। ਹਾਥੀ ਨੂੰ ਮਹਾਵਤ ਚਲਾਉਂਦਾ ਇਤਨੇ ਜਿਹੇ ਖੰਜਰ ਦੇ ਸਿਰ 'ਤੇ, ਉਹਨੂੰ ਕਹਿੰਦੇ ਨੇ ਅੰਕੁਸ਼। ਇੱਡੇ ਵੱਡੇ ਹਾਥੀ ਨੂੰ ਅੰਕੁਸ਼ ਪਾਇਆ, ਉਹਨੂੰ ਉਸ ਦੇ ਨਾਲ ਚਲਾਉਂਦਾ। ਪਾਤਸ਼ਾਹ ਕਹਿੰਦੇ ਜਿਵੇਂ ਹਾਥੀ ਨੇ ਆਪਣਾ ਆਪਾ ਆਪਣੇ ਮਾਲਕ ਨੂੰ ਸੌਂਪ ਦਿੱਤਾ ਨਾ, ਛੋਟੇ ਜਿਹੇ ਅੰਕੁਸ਼ ਨੂੰ, ਅਤੇ ਐਹਰਣ ਅੱਗੇ ਵਿੱਚ ਗਈ ਹੈ, ਕੁਝ ਨਹੀਂ ਕਹਿੰਦੀ, ਜਿੰਨੀ ਮਰਜ਼ੀ ਚੋਟ ਮਾਰੋ ਕੁਝ ਨਹੀਂ ਕਹਿੰਦੀ। ਕਹਿੰਦੇ ਨੇ ਇੰਜੇ ਤੂੰ ਐਹਰਣ ਆਪਣੀ ਮੱਤ ਨੂੰ, ਆਪਣੀ ਬੁੱਧੀ ਨੂੰ ਚਮਤਕਾਰ ਕਰਦੀ ਹੈ ਨਾ, ਸਹਿਜ ਸਿਆਣ ਭਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ, ਆਪਣੀ ਬੁੱਧੀ ਉਹਦੇ ਅੱਗੇ ਰੱਖਦੇ, ਐਹਰਣ ਮੱਤ। ਅਤੇ ਹੁਣ ਹਥੌੜੀ ਕਿਹੜੀ ਹੈ, ਸੁਨਿਆਰਾ ਐਹਰਣ 'ਤੇ ਚੋਟ ਕਰਦਾ ਹਥੌੜੀ ਨਾਲ ਕਰਦਾ ਨਾ। ਕਹਿੰਦੇ ਨੇ ਹਥੌੜੀ ਜਿਹੜੀ ਹੈ ਨਾ ਹਥਿਆਰ, ਇਹ ਵੇਦ ਭਾਵ ਗਿਆਨ ਦੀ ਚੋਟ ਕਰ, ਰੱਬੀ ਗਿਆਨ ਦੀ। ਵੇਦ ਸ਼ਬਦ ਕਈ ਥਾਵਾਂ 'ਤੇ ਬਾਣੀ ਵਿੱਚ ਚਾਰ ਵੇਦਾਂ ਪ੍ਰਤੀ ਆਇਆ ਹੈ, ਪਰ ਬੇਸਿਕਲੀ ਵੇਦ ਸ਼ਬਦ ਦਾ ਅਰਥ ਗਿਆਨ ਹੁੰਦਾ ਹੈ। ਧਰਮ ਦੀ ਦੁਨੀਆ ਵਿੱਚ, ਧਰਮ ਸ਼ਾਸਤਰਾਂ ਵਿੱਚ, ਉਪਨਿਸ਼ਦਾਂ ਵਿੱਚ, ਹੋਰ ਸ਼ਾਸਤਰਾਂ ਵਿੱਚ ਵੇਦ ਸ਼ਬਦ ਦਾ ਅਰਥ ਹੈ ਗਿਆਨ, ਗਿਆਨ ਦੀ ਚੋਟ। ਕਿਹੜਾ ਗਿਆਨ? ਰੱਬੀ ਗਿਆਨ। ਗੁਰਬਾਣੀ ਦੀ ਚੋਟ ਕਰ, ਧਰਮ ਗ੍ਰੰਥਾਂ ਦੀ ਬਾਣੀ ਦੀ ਚੋਟ ਕਰ ਆਪਣੀ ਬੁੱਧੀ 'ਤੇ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਬੜੇ ਚਲੇ ਗਏ। ਵੇਦ ਹਥਿਆਰ, ਅਤੇ ਹੁਣ ਉਹ ਹਵਾ ਚਲਾ ਰਿਹਾ ਤੇਜ਼ ਕਰਦਾ ਅੱਗ ਨੂੰ, ਪਾਓ ਖਲਾ, ਤੂੰ ਇੰਜ ਕਰ। ਆ ਪਰਮੇਸ਼ੁਰ ਦੇ ਡਰ ਨੂੰ, ਖਲਾ ਕਹਿੰਦੇ ਨੇ ਬਲੋਰ ਨੂੰ, ਕਹਿੰਦੇ ਨੇ ਪਰਮੇਸ਼ੁਰ ਦੇ ਡਰ ਨੂੰ ਪਾਓ। ਪਰਮੇਸ਼ੁਰ ਦਾ ਡਰ ਕਿ ਜਿੱਥੇ ਕੋਈ ਨਹੀਂ ਦੇਖ ਰਿਹਾ ਉੱਥੇ ਮੇਰਾ ਪਰਮਾਤਮਾ ਦੇਖ ਰਿਹਾ। ਪਿਆਰ ਨਾਲ ਆਖੋ ਸਤਨਾਮ। ਪਾਓ ਖਲਾ, ਡਰ ਦੀ ਧੌਂਕ ਨਹੀਂ ਬਣਾ, ਬਲੋਰ, ਮੇਕ ਫੀਅਰ ਆਫ ਗੋਡ ਯੋਰ ਬਲੋਰ, ਪਾਓ ਖਲਾ। ਅਤੇ ਹੁਣ ਅਗਨੀ ਕਿਹੜੀ ਜਲਾਉਣੀ ਹੈ? ਪਾਤਸ਼ਾਹ ਕਹਿੰਦੇ ਅਗਨ ਤਪ ਤਾਓ, ਉਹਨੇ ਅੱਗ ਬਾਲੀ ਹੈ, ਤੂੰ ਤਪ ਕਰ। ਕਿਹੜਾ ਤਪ? ਗੁਰਸਿੱਖੀ ਦਾ ਕਿਹੜਾ ਤਪ ਹੈ? ਪੜੋ ਪਿਆਰ ਨਾਲ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਇਹ ਕਰਮਾਂ ਕਰਕੇ ਸਰੀਰ ਰੂਪੀ ਕੱਪੜਾ ਮਿਲਿਆ ਹੈ, ਇਹਦੇ ਵਿੱਚ ਬੈਠ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ, ਮਿਹਰ ਹੋ ਜਾਏਗੀ, ਮੁਕਤੀ ਮਿਲ ਜਾਏਗੀ। ਸਿੱਖ ਦਾ ਤਪ ਹੈ ਅੰਮ੍ਰਿਤ ਵੇਲੇ ਉੱਠਣਾ ਅਤੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ, ਲੰਗਰ ਦੇ ਜੂਠੇ ਭਾਂਡੇ ਮਾਂਜਣੇ ਅਤੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ, ਸੰਗਤਾਂ ਦੇ ਜੋੜੇ ਝਾੜਨੇ ਅਤੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤੁਹਾਨੂੰ ਬੇਨਤੀ ਕਰਾਂ,
ਗੁਰਦੁਆਰੇ ਆਉਂਦੇ ਹੋ ਇੱਕ ਚੀਜ਼ ਧਿਆਨ ਰੱਖਿਓ, ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਕਿੰਨਾ ਸਾਫ਼ ਹੁੰਦਾ, ਬਸ ਇਤਨਾ ਹੀ ਸਾਫ਼ ਜਦੋਂ ਜਾਈਏ ਉਦੋਂ ਵੀ ਹੋਵੇ। ਬਸ ਜਿਹੜੇ ਵੀ 5-7 ਜੀਅ ਵਾਰੀ ਵੰਡ ਲਓ ਵੀ ਅਸੀਂ ਗੁਰਦੁਆਰਾ ਉਸ ਤਰ੍ਹਾਂ ਹੀ ਰੱਖਣਾ ਜਿਵੇਂ ਸਾਡਾ ਡਰਾਇੰਗ ਰੂਮ ਹੈ ਘਰ ਦਾ, ਕਿਉਂਕਿ ਮੈਂ ਗੁਰੂ ਦਾ ਘਰ ਹੈ। ਬਾਥਰੂਮ, ਕਿਚਨ, ਲੰਗਰ ਹਾਲ, ਦਰਬਾਰ ਹਾਲ, ਹੋਰ ਆਲੇ ਦੁਆਲੇ ਸ਼ੀਸ਼ੇ ਸਾਫ਼ ਰੱਖਣੇ। ਪਰਦੇ ਜਿਵੇਂ ਘਰ ਦੇ ਪਰਦੇ ਡਰਾਈ ਕਲੀਨ ਕਰਾਉਣੇ ਆ, ਇਹ ਵੀ ਕਰਾਉਣੇ ਨੇ। ਕੋਈ ਸੁੰਦਰ ਪੌਦੇ ਲਿਆ ਕੇ ਰੱਖੀਏ ਗੁਰਦੁਆਰੇ ਦੇ ਅੰਦਰ ਜਿਤਨਾ ਸੁਝਾ ਸਕੀ। ਇਹ ਮੇਰੇ ਪਰਮੇਸ਼ਰ ਦਾ, ਮੇਰੇ ਗੁਰੂ ਦਾ ਘਰ ਹੈ, ਇਸ ਤਰ੍ਹਾਂ ਰੱਖੀਏ। ਇਹ ਸਾਡਾ ਤਪ ਹੈ, ਅਗਨ ਤਪ ਤਾਓ। ਅਤੇ ਹੁਣ ਇੱਕ ਭਾਂਡਾ ਚਾਹੀਦਾ ਜਿਹਦੇ ਸੋਨਾ ਪਿਘਲਾਉਣਾ। ਗੁਰਦੇਵ ਕਹਿੰਦੇ ਨੇ ਇੱਥੇ ਆਪਣਾ ਪਿਆਰ ਰੱਖ ਦੇ, ਭਾਂਡਾ ਪਾਓ ਅੰਮ੍ਰਿਤ ਦਿੱਤਾ। ਆਇਆ ਸੁਣਿਆ ਬਿਦਰ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਵਾਰਤਾ ਦੱਸਦੇ ਨੇ, ਜਦੋਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੁਆਰਕਾ ਤੋਂ ਆਏ ਹਸਤਿਨਾਪੁਰ ਫੈਸਲਾ ਕਰਾਉਣ ਲਈ, ਵੀ ਕੌਰਵਾਂ ਪਾਂਡਵਾਂ ਦਾ ਫੈਸਲਾ ਕਰਾ ਦੇਈਏ। ਅਤੇ ਧਰਤਰਾਸ਼ਟਰ ਨੇ ਆਪਣੇ ਪੁੱਤਰ ਨੂੰ ਦੁਰਯੋਧਨ ਨੂੰ ਕਿਹਾ, ਬਈ ਇਹ ਵਕਤ ਦਾ ਅਵਤਾਰ ਹੀ ਜਾ ਕੇ ਅੱਗੋਂ ਹੋ ਕੇ ਮਿਲਣ ਨੂੰ। ਅਤੇ ਦੁਰਯੋਧਨ ਦੇ ਹੰਕਾਰ ਆ ਗਏ, ਅਤੇ ਗਵਾਲਿਆਂ ਦਾ ਪੁੱਤਰ ਹੈ, ਛੋਟਾ ਜਿਹਾ ਪਿੰਡ ਦਾ ਰਾਜਾ ਹੈ, ਮੈਂ ਇੰਨਾ ਵੱਡਾ ਚੱਕਰਵਰਤੀ ਸਮਰਾਟ ਦਾ ਪੁੱਤਰ, ਮੈਂ ਜਾਵਾਂ ਲੈਣ ਵਾਸਤੇ? ਉਹ ਆਪਣੀ ਘੁੜਸਾਲ ਵੱਲ ਮੁੜ ਗਿਆ। ਕ੍ਰਿਸ਼ਨ ਜੀ ਮਹਾਰਾਜ ਨੇ ਦੇਖ ਲਿਆ, ਉਹ ਬਿਦਰ ਗਰੀਬ ਜੀ ਝੁੱਗੀ ਚਲੇ ਗਏ, ਜਿਹੜੇ ਬਿਦਰ ਜੀ ਦਾਸੀ ਦੇ ਪੁੱਤਰ ਸਨ, ਥਾਨ ਮਿਨਿਸਟਰ ਕੋਰਟ ਵਿੱਚ, ਪਰ ਆਪ ਛੋਟੇ ਜਿਹੇ ਘਰ 'ਚ ਰਹਿੰਦੇ ਸਨ। ਉੱਥੇ ਜਾ ਕੇ ਉਹਨਾਂ ਲੰਗਰ ਪਾਣੀ ਛਕਿਆ, ਰਾਤ ਬਿਤਾਈ। ਅਤੇ ਦੁਰਯੋਧਨ ਨੇ ਉਲਾਂਭਾ ਦਿੱਤਾ, ਜਿਹਦੇ ਪ੍ਰਤੀ ਬਾਣੀ ਸ਼ਬਦ ਵੀ ਆਉਂਦਾ ਹੈ, ਰਾਜਨ ਕਵਨ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੇ, ਖੀਰ ਸਮਾਨ ਸਾਗ ਮੈਂ ਪਾਇਓ, ਗੁਣ ਰਾ ਗਾਵਤ ਰਹਿਣ ਬਿਹਾਨੀ, ਕਬੀਰ ਕਾ ਠਾਕਰ ਅਨਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਰਾਜਨ ਤੇਰੇ ਘਰ ਕੌਣ ਆਵੇ? ਖੀਰ ਤੋਂ ਵਧੀਆ ਤਾਂ ਮੈਨੂੰ ਸਾਗ ਮਿਲਿਆ, ਭਾਵੇਂ ਤਾਂ ਲੂਣ ਨਹੀਂ ਸੀ ਪਰ ਪਿਆਰ ਸੀ ਬਿਦਰ ਦਾ। ਸਾਗ ਵਿੱਚ ਲੂਣ ਨਹੀਂ ਪਾਉਣਾ ਭੁੱਲ ਗਈ ਬੀਬੀ, ਪਰ ਕਹਿੰਦੇ ਉਹਦਾ ਪਿਆਰ ਸੀ। ਭਾਈ ਸਾਹਿਬ ਭਾਈ ਗੁਰਦਾਸ ਇਸ ਵਾਰਤਾ ਨੂੰ ਬੜਾ ਸੁੰਦਰ ਕਿਹਾ, ਕਹਿੰਦੇ ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ, ਉਹ ਘਰ ਸਾਡੇ ਛੱਡ ਕੇ ਗੋਲੇ ਕੇ ਕਰ ਜਾਏ ਕੇ ਸੁੱਖਾ, ਭੀਸ਼ਮ ਦਰੋਣਾ ਕਰਨ ਤਜ ਸਭਾ ਸਿਗਾਰ, ਬੜੇ ਮਾਨੁੱਖਾ, ਝੁੱਗੀ ਜਾਏ ਬਲਾਇਨ ਸਭਨਾ ਦੇ ਜੀ ਅੰਦਰ ਤੁਖਾ, ਹੱਸ ਬੋਲੇ ਭਗਵਾਨ ਜੀ ਸੁਣੋ ਰਾਜਾ, ਹੋ ਸੁਨਮੁਖਾ, ਹੋ ਦੁਰਯੋਧਨ ਸਾਹਮਣੇ ਹੋ ਕੇ ਗੱਲ ਕਰ, ਗੋਬਿੰਦ ਪਾਓ ਭਗਤ ਕਾ ਭੁੱਖਾ। ਉਹ ਤਾਂ ਪਿਆਰ ਦਾ ਭੁੱਖਾ ਹੀ। ਤੂੰ ਕਹਿਣਾ ਦੁਰਯੋਧਨ, ਧ੍ਰਿਸ਼ਟਰਾਸ਼ਟਰ, ਫਲਾਣੇ ਦੇ ਮਹਿਲ, ਮੈਨੂੰ ਤਾਂ ਲੂਣਾ ਸਾਗ ਹੀ ਚੰਗਾ ਲੱਗਾ, ਜਿੱਥੇ ਜੀ ਪਿਆਰ ਸੀ, ਪਿਆਰ ਨਾਲ ਆਖੋ ਸਤਨਾਮ। ਪਾਂਡਾ ਪਾਓ ਗਾਵੀਏ ਸੁਣੀਏ, ਪੜੋ ਪਿਆਰ ਨਾਲ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਪਾਂਡਾ ਪਾਓ ਅੰਮ੍ਰਿਤ ਢਾਲ। ਇਹਦੇ 'ਚ ਹੁਣ ਨਾਮ ਦਾ ਅੰਮ੍ਰਿਤ ਢਲਦਾ ਜੇ, ਸਭ ਕੁਝ ਇਕੱਠਾ ਕਰਕੇ ਉਹਦੇ 'ਚ ਨਾਮ ਦਾ ਅੰਮ੍ਰਿਤ ਢਲਦਾ। ਪਾਂਡਾ ਪਾਓ ਅੰਮ੍ਰਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਦਿਨ। ਹੋਏਗੀ ਜਿਹਦੇ 'ਤੇ ਕਿਰਪਾ, ਗੱਲ ਫਿਰ ਕਿਰਪਾ 'ਤੇ। ਮੂਲ ਮੰਤਰ ਹੈ ਗੁਰਪ੍ਰਸਾਦ ਮਿਲੇਗਾ ਗੁਰੂ ਦੀ ਕਿਰਪਾ ਨਾਲ, ਜਿਨ੍ਹਾਂ 'ਤੇ ਕਿਰਪਾ ਹੋਏਗੀ ਉਹੀ ਸੰਗਤ 'ਚ ਆਉਣਗੇ ਅਤੇ ਜਪਣਗੇ ਸਤਨਾਮ ਸ੍ਰੀ। ਜਿਨ ਕੋ ਨਦਰ ਕਰਮ ਤਿਨ ਕਾਰ, ਅਤੇ ਫਿਰ ਕੀ ਹੁੰਦਾ? ਨਾਨਕ ਨਦਰੀ ਨਦਰ ਨਿਹਾਲ, ਪੜੋ ਪਿਆਰ ਨਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਅੰਗ ਸੰਗ ਵਾਹਿਗੁਰੂ, 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 ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।